कैनेडा की एक मुटियार अपने प्यार की खातर पंजाब आउंदी है, अपने आशिक नाल मैरिज करती है और उस तो बाद एक खौफनाक कहानी का अंत होंदा है। उस मुटियार की हत्या हो जाती है। असी गल कर रहे हैं सुखविंदर सिंह मिठू ते जस्सी दे प्रेम कहानी दी। ये प्रेम कहानी वाकई रोंगटे खड़े कर देने वाली है और इस कहानी च एक बार फिर नवा मोड़ आया है। इसीलिए अज मुकदी गल च साडे नाल मिठू खुद मौजूद है जो दसेगा कि जस्सी नाल किवें उनू प्यार होया ते किवें दोहां दा विआह होया और इस कहानी ने किवें 18 साल बाद जस्सी दी माँ और मामा नू सलाखां दे पिछे पहुँचाता। मिठू मुकदी गल च स्वागत है तुहाडा। सब तो पहला सवाल कि तुसी जस्सी नू मिले किवें? जी मैं कबड्डी खेड के आया सी। टूरनामेंट पिंडा च अगे अगे जाता सी। 15-20 दिन तो पिंड नहीं सी। मैं ना पिंड आ रहा सी कबड्डी मैच ला के टेंपू की वेट करता पिया सी। उत्थे जिथे टेंप पिंड नू जाना सी उत्थे खड़े हुए सी। जस्सी बाजार तो इधर नू आ रही सी। एकदम निगाह च निगाह पई जस्सी दे उहदी भी निगाह निगाह पै गई ते देखो देखो बस प्यार हो गया। एक दूजे तो सारा कुछ हार के बैठ गया। मैं तो जो फस्ट टाइम उन्होंने देखा क्योंकि मैं पहला कदे देखे नहीं सीगा। उस तो बाद चो टेंपू ते बैठ गई। उस टेंपू ते मैं चढ़ गया पिंड जाने लई। इहदी मम्मी सी उह अगे बैठ गई। एक कहिंदी कोई रिश्तेदार सी कुड़ी उह नाल इहदे पिछे बैक मूँह करके बैठी सी। पिछले साइड मैं खड़ा सी। एक मुंडा फ्रेंड सी कोई पिंडों नाल उह खड़ा सी। मैं उह लड़के नूं कह रहा सीगा मैं यार भी ये कुड़ी आ जो भी आ एक निशानी दे दे भी सारी जिंदगी तो मैं बतीत कर दूंगा। मैं इहदे बिना रह नहीं सकदा। मेरा तो सारा कुछ लुट गया। फर्स्ट मुलाकात च फर्स्ट च हां जी मैं तुसी अपने दोस्त नूं गल कर रहे दोस्त नूं गल करी सुना उहनूं रिहा सीगा। ते उस तों बाद च उहने जस्सी ने कुछ ना एक डायरी कढ़ी उत्ते ना इदां कुछ लिखदी सी। मित्तों मैं उपर खड़ा देखदा सी लुको लैंदी सी इदां मैनूं देखदा सी की लिख करदी है। जदों पिंड पहुँच गई उतरे टैंपू तों उतर के उहने एक मैनूं थोड़ी परची दित्ती फड़ाती मैनूं मैं पढ़ लिया। जो मैं खोल के देखी उत्ते आई लव यू लिखा लिपस्टिक नाल ते ओह फिर मैं बड़ा खुश होया देख पढ़ के। वह तो बड़ा वह भी बड़ी स्मैल दित्ती उसी ने बहुत ज़्यादा मुस्कराई ते वह घर चली गई। मैं अपने घर चला गया। ਤੁਹਾਡੇ ਘਰਾਂ ਦਾ ਫਾਸਲਾ ਕਿੰਨਾ ਸੀ? ਥੋੜਾ ਹੀ ਫਾਸਲਾ ਸੀ ਕੋਈ ਜ਼ਿਆਦਾ ਨਹੀਂ। ਬੈਕ ਸਾਈਡ ਇਹਨਾਂ ਦੀ ਮੇਰੇ ਘਰ ਦੇ ਪਿੱਛੇ ਲੱਗਦੀ ਆ। ਤੁਹਾਨੂੰ ਇਹ ਪਤਾ ਸੀ ਕਿ ਇਹ ਕੁੜੀ ਕੈਨੇਡਾ ਰਹਿੰਦੀ ਹੈ? ਨਹੀਂ ਮੈਨੂੰ ਪਤਾ ਨਹੀਂ ਸੀ ਹੈ ਕੌਣ ਹੈ ਕੈਨੇਡਾ ਰਹਿੰਦੀ ਆ ਜਾਂ ਉਹ ਦੇਖਣ ਨੂੰ ਜ਼ਰੂਰ ਲੱਗਦੀ ਸੀ ਵੀ ਹਨਾ ਕੋਈ ਬਾਹਰ ਸ਼ਹਿਰ ਸ਼ੁਰ ਚੋਂ ਆਈ ਹੈ ਜਾਂ ਬਾਹਰੋਂ ਆਈ ਹੋਊਗੀ ਪਰ ਇੱਦਾਂ ਨਹੀਂ ਪਤਾ ਵੀ ਇਹਨਾਂ ਦੀ ਆਈ ਆ ਕੌਣ ਹੈ ਇਹ ਨਹੀਂ ਪਤਾ ਸੀ ਵੀ ਕਿੰਨਾ ਦੀ ਆਈ ਹੈ। ਉਹ ਜਦੋਂ ਮੈਂ ਘਰ ਜਾ ਕੇ ਬੈਠਿਆ ਆਪਣੇ ਰੁਕਿਆ ਇਹ ਇੱਕ ਸਕੂਟਰ ਲੈ ਕੇ ਥੋੜ੍ਹਾ ਟਾਈਮ ਬਾਅਦ ਚ ਮੇਰੇ ਵਾਲੀ ਗਲੀ ਆ ਗਈ ਗੇੜੀ ਮਾਰਨ। ਹਾਂਜੀ ਉਹ ਲੜਕੀ ਇੱਕ ਉਹਦੇ ਪਿੱਛੇ ਬੈਠੀ ਹੋਈ ਸੀ ਉਹ ਪਿੱਛੇ ਉਤਰ ਗਈ ਘਰਾਂ ਦੇ ਅੱਗੇ ਮੇਰੇ ਘਰ ਖੇਤ ਦੇ ਵਿੱਚ ਸੀਗਾ। ਅੱਗੇ ਥੋੜ੍ਹੇ ਜਿਹੇ ਵਿਚਾਲੇ ਜਾ ਕੇ ਘਰ ਦੇ ਅਤੇ ਉੱਥੇ ਰੁਕ ਗਈ। ਸਕੂਟਰ ਬੰਦ ਕਰ ਲਿਆ ਇਹ ਆਵਾਜ਼ਾਂ ਮਾਰਨ ਲੱਗੀ ਪਲੀਜ਼ ਹੈਲਪ ਕਰਿਓ ਸਕੂਟਰ ਸਟਾਰਟ ਨਹੀਂ ਹੁੰਦਾ ਬੈਕ ਮੇਰੇ ਸਟਾਰਟ ਨਹੀਂ ਹੁੰਦਾ। ਅਤੇ ਉਹ ਮੈਂ ਚਲੋ ਗਿਆ ਜਾ ਕੇ ਹੈਲੋ ਹਾਈ ਕੀਤੀ ਜੱਸੀ ਨੂੰ ਮੈਂ ਹੈਲੋ ਕੀ ਹਾਲ ਆ ਪੰਜਾਬੀ 'ਚ ਕਿਹਾ ਉਹਨੂੰ ਅਤੇ ਉਹ ਕਹਿੰਦੇ ਓਕੇ ਓਕੇ ਠੀਕ ਆ। ਮੈਂ ਕਿਹਾ ਤੁਹਾਡਾ ਨਾਮ ਕੀ ਹੈ? ਉਹ ਮੈਂ ਸਕੂਟਰ ਦੇ ਬਜਾਜ ਚੇਤਕ ਸੀਗਾ ਉਹਦੇ ਸਾਈਡ 'ਤੇ ਬੰਦ ਕਰਨ ਲਈ ਇੱਕ ਸਵਿੱਚ ਜੀ ਹੁੰਦੀ ਆ ਮੈਂ ਉੱਥੇ ਅੰਗੂਠਾ ਲਗਾ ਕੇ ਉਹਦੀ ਕਿੱਕਾਂ ਮਾਰ ਦਿਆ। ਗੱਲ ਮੈਂ ਜੱਸੀ ਨਾਲ ਕਰ ਰਿਹਾ ਸੀ ਕੋਈ ਨਾ ਪੁੱਛਦਾ ਸੀ ਉਹ ਹੌਲੀ ਬਹੁਤ ਬੋਲਦੀ ਸੀ ਸਲੋ ਬੋਲਦੀ ਸੀ। ਉਹਨੇ ਜੱਸੀ ਕਿਹਾ ਇੱਕ ਵਾਰ ਜੈਸੇ ਜਦੋਂ ਤੁਸੀਂ ਨਾਮ ਪੁੱਛਿਆ ਤਾਂ ਹਾਂਜੀ ਅਤੇ ਉਹ ਮੈਂ ਉਹਨੂੰ ਇੱਦਾਂ ਵੀ ਕਿਹਾ ਮੈਂ ਕਿਹਾ ਯਾਰ ਜੇ ਚਲਾਉਣਾ ਨਹੀਂ ਆਉਂਦਾ ਨਾ ਵੀ ਇੱਦਾਂ ਚੁੱਕੀ ਤਾਂ ਨਹੀਂ ਜਾਂ ਮੈਨੂੰ ਡਰਾਈਵ ਰੱਖ ਲਾ ਤੈਨੂੰ ਸਿਖਾ ਦਿੰਦਾ ਅਤੇ ਥੈਂਕ ਯੂ। ਮੈਂ ਕਿਹਾ ਯਾਰ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਪਲੀਜ਼ ਮੈਨੂੰ ਜ਼ਰੂਰ ਮਿਲ ਗੱਲ ਕਰਨਾ ਮੰਗਦਾ। ਕਹਿੰਦੀ ਓਕੇ ਕੱਲ੍ਹ ਅਸੀਂ ਜਗਰਾਉਣ ਜਾਣਾ ਬੰਬੇ ਵਾਲਿਆਂ ਦੀ। ਮੈਂ ਕਿਹਾ ਓਕੇ ਅਤੇ ਤੁਸੀਂ ਸਕੂਟਰ ਨੂੰ ਕਿੱਕਾਂ ਮਾਰ ਰਹੇ ਸੀ ਬਟਨ ਦੱਬ ਕੇ ਵੀ ਸਟਾਰਟ ਨਾ ਹੋ? ਹਾਂ ਸਟਾਰਟ ਨਾ ਹੋ ਜੀ ਹਾਂਜੀ ਜੀ ਜੀ। ਫਿਰ ਉਹ ਲੋਕ ਖੜ੍ਹੇ ਕਾਫੀ ਦੇਖਦੇ ਸੀ ਗਲੀ ਦੇ ਵਿੱਚ ਫਿਰ ਮੈਂ ਸਟਾਰਟ ਕਰਕੇ ਦੇਤਾ ਉਹਨੂੰ ਠੀਕ ਹੈ ਨਾ ਪਰ ਉਹਨੇ ਫਿਰ ਬੰਦ ਹੋ ਗਿਆ ਉਦੋਂ ਦੁਬਾਰੇ ਫਿਰ ਸਟਾਰਟ ਕਰਕੇ ਦਿੱਤਾ। ਉਹ ਚਲੀ ਗਈ ਫਿਰ ਜਾ ਕੇ ਸੱਤ 'ਤੇ ਚੜ ਗਈ ਮਤਲਬ ਇੱਦਾਂ ਬਾਏ ਬਾਏ ਇਹਨਾਂ ਹੱਥ ਨਾਲ ਸਾਰੇ ਕਰਦੀ। ਉਸ ਤੋਂ ਬਾਅਦ ਦੂਸਰੇ ਦਿਨ ਮੈਂ ਜਗਰਾਉਂ ਗਿਆ ਜਿੱਥੇ ਜੱਸੀ ਨੇ ਕਿਹਾ ਸੀ ਵੀ ਇੱਥੇ ਮਿਲਾਂਗੇ। ਫਿਰ ਬਾਜ਼ਾਰ 'ਚ ਗਿਆ ਕਲਾਥ ਹਾਊਸ 'ਤੇ ਬੈਠੀ ਸੀਗੀ ਕੱਪੜੇ ਵਾਲੀ ਦੁਕਾਨ ਸੀਗੀ ਉੱਥੇ ਮੈਂ ਦੇਖ ਲਈ ਬੈਠੀ ਆ। ਮੈਂ ਗਿਆ ਕੋਲ ਹੈਲੋ ਹਾਈ ਕੀਤੀ। ਇਕੱਲੀ ਸੀ? ਨਹੀਂ ਇਹਦੀ ਮੰਮੀ ਅੱਗੇ ਕੱਪੜੇ ਦੇਖ ਰਹੀ ਸੀ ਸੋਫੇ 'ਤੇ ਬੈਠੀ ਹੋਈ ਸੀ। ਤੁਸੀਂ ਤਾਂ ਮੰਮੀ ਨੂੰ ਨਹੀਂ ਜਾਣਦੇ ਸੀ ਪਿੰਡ 'ਚ ਹੋਣ ਦੇ ਨਾਤੇ? ਨੋ ਨੋ ਕਿਉਂਕਿ ਮੇਰੇ ਤੋਂ ਪਹਿਲਾਂ ਪੁੱਲਾਂ 'ਤੇ ਗਿਆ ਸੀ ਮੈਨੂੰ ਨਹੀਂ ਪਤਾ ਸੀ ਉਹ ਅਤੇ ਉਹ ਮੈਂ ਕੋਲ ਜਾ ਕੇ ਬੈਠ ਗਿਆ ਇਹਦੀ ਬੈਕ ਸਾਈਡ ਜਾ ਕੇ ਸੋਫੇ 'ਤੇ। ਇਹਨੇ ਕੌਫੀ ਫੜਾਈ ਹੈਲੋ ਹਾਈ ਕਰਕੇ ਤਾਂ ਮੈਂ ਥੋੜ੍ਹੀ ਦੋ ਘੁੱਟ ਪੀਤੇ ਇਹਨੂੰ ਫੜਾਤੀ ਦੱਸ। ਇੰਨੀ ਕੀ ਮੁਲਾਕਾਤ ਹੋਈ ਵਾਪਸ ਆ ਗਿਆ ਫਿਰ ਕਿ ਇਹਦੇ ਘਰ ਮਿਲਣਾ ਗਿਲਣਾ ਸਾਡਾ ਵੱਧ ਗਿਆ ਹੈ ਨਾ। ਉਸ ਟਾਈਮ ਦੇ ਵਿੱਚ ਇਹ ਕਹਿੰਦੀ ਵੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਵੀ ਮੈਨੂੰ ਮੈਂ ਚਾਹੁੰਦੀ ਹਾਂ ਮੈਂ ਹਰ ਟਾਈਮ ਤੇਰੇ ਨਾਲ ਰਹਾਂ
ਮੈਂ ਨਹੀਂ ਛੱਡ ਸਕਦੀ ਨਾ ਮੈਂ ਇਕੱਲੀ ਕੈਨੇਡਾ ਜਾਣਾ ਵਾ ਮੈਨੂੰ ਕਹਿੰਦੀ ਮੈਂ ਤੁਸੀਂ ਕਦ ਤੱਕ ਕੈਨੇਡਾ ਜਾਣਾ ਕਹਿੰਦੀ ਥੋੜ੍ਹੇ ਦਿਨ ਤੱਕ ਜਾਣਾ ਪਰ ਮੈਂ ਨਹੀਂ ਜਾਣਾ ਮੰਗਦੀ ਮੈਂ ਚਲੋ ਓਕੇ ਦੇਖਦੇ ਹਾਂ ਇੱਦਾਂ ਹੀ ਮੇਲ ਮਿਲਾਪ ਵੱਧਦਾ ਰਿਹਾ ਜਦ ਇਹਨਾਂ ਨੇ ਜਾਣਾ ਸੀ ਫਿਰ ਕਿੰਨੇ ਕੁ ਦਿਨ ਰਹੇ ਉੱਥੇ ਉਹਨਾਂ ਦਿਨਾਂ 'ਚ ਇਹ ਉਹਨਾਂ ਦੇ 5-7 ਦਿਨ ਹਫ਼ਤਾ ਇੱਕ ਮਿੱਤੋਂ ਕਿਉਂਕਿ ਪਹਿਲਾਂ ਦੇ ਆਏ ਹੋਏ ਸੀ ਨਾ ਉਹ ਫਿਰ ਜਦੋਂ ਮੇਰੇ ਜੱਸੀ ਜਿਸ ਦਿਨ ਜਾਣਾ ਸੀ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਮਿਲੀ ਉਹਨਾਂ ਦੇ ਘਰ ਰੋਣ ਲੱਗ ਗਈ ਜੱਫੀ ਪਾ ਕੇ ਵੀ ਨਹੀਂ ਮੈਂ ਜਾਣਾ ਨਹੀਂ ਮੰਗਦੀ ਜਾਂ ਮੇਰੇ ਨਾਲ ਚਲੋ ਜਾਣਾ ਅਤੇ ਇਹਨੇ ਮੈਂ ਕਿਹਾ ਵੀ ਨਹੀਂ ਇੱਦਾਂ ਨਹੀਂ ਜਾ ਸਕਦਾ ਇਹਨੇ ਆਪਣਾ ਪਾਸਪੋਰਟ ਕੱਢਿਆ ਪਾਸਪੋਰਟ ਪਾੜਤਾ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਜੱਸੀ ਇੱਦਾਂ ਨਹੀਂ ਤੂੰ ਕਿਉਂ ਪਾਲਿਆ ਪਾਸਪੋਰਟ ਕਿ ਮੈਂ ਜਾਣਾ ਨਹੀਂ ਇੱਥੇ ਰਹਿਣਾ ਤੁਹਾਡੇ ਕੋਲ ਮੈਂ ਨਹੀਂ ਜਾ ਸਕਦੀ ਫਿਰ ਉਹ ਮੈਂ ਲੜਕੀ ਨੂੰ ਬੁਲਾਇਆ ਜਿਹਨਾਂ ਦੇ ਘਰ ਰਹਿੰਦੇ ਸੀ ਮੈਂ ਕਿਹਾ ਭੈਣਾਂ ਇਹਨੂੰ ਸਮਝਾ ਵੀ ਇੱਦਾਂ ਨਹੀਂ ਹੋ ਸਕਦਾ ਉਹਨੇ ਉਹਨੂੰ ਸਮਝਾਇਆ ਵੀ ਜੱਸੀ ਇੱਦਾਂ ਨਹੀਂ ਤੂੰ ਇਹ ਗਲਤ ਕੀਤਾ ਪਾੜਨਾ ਨਹੀਂ ਸੀਗਾ ਕੋਈ ਗੱਲ ਨਹੀਂ ਮਿੱਠੂ ਤੇਰੇ ਪਿੱਛੇ ਆਜੂਗਾ ਤੂੰ ਚਲੇ ਜਾ ਚਲੋ ਮੈਂ ਵੀ ਕਿਹਾ ਹਾਂ ਪਿੱਛੇ ਆਵਾਂ ਫਿਰ 5-10 ਦਿਨ ਫਿਰ ਵੱਧ ਗਏ ਇਹਨਾਂ ਦੀ ਕਿਉਂਕਿ ਪਾਸਪੋਰਟ ਬਣ ਕੇ ਆ ਕੈਨੇਡਾ ਜੀ ਵਿੱਚੋਂ 95 ਦੇ ਵਿੱਚ ਇਹ ਵਾਪਸ ਚਲੀ ਗਈ 94 ਦੇ 12ਵੇਂ ਮਹੀਨੇ ਮਿਲੀ ਸੀ ਉਹ ਜਨਵਰੀ ਫਰਵਰੀ ਦੇ ਵਿੱਚ ਜਨਵਰੀ ਦੇ ਵਿੱਚ ਹਾਂ ਇਹ ਕੈਨੇਡਾ ਚਲੇ ਗਏ ਤੁਹਾਡੀ ਪਹਿਲੀ ਮੁਲਾਕਾਤ 94 'ਚ ਹੋਈ 1994 'ਚ 95 'ਚ ਵਾਪਸ ਚਲੀ ਗਈ ਹਾਂਜੀ ਫਿਰ ਮੇਰੀ ਲੈਟਰਾਂ 'ਤੇ ਫੋਨ ਰਾਹੀਂ ਗੱਲ ਚੱਲਦੀ ਰਹੀ ਔਰ ਜਿਹੜੇ ਲੈਟਰ ਲਿਖਦੀ ਸੀ ਉਹ ਇੰਗਲਿਸ਼ 'ਚ ਲਿਖਦੀ ਸੀ ਮੈਂ ਪੰਜਾਬੀ 'ਚ ਉਹ ਬੜੀ ਪ੍ਰੋਬਲਮ ਆਉਂਦੀ ਜੀ ਕਿਉਂਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜੀ ਉਹਨੂੰ ਪੰਜਾਬੀ ਨਹੀਂ ਆਉਂਦੀ ਸੀ ਉਹ ਵੀ ਕਿਸੇ ਤੋਂ ਟਰਾਂਸਲੇਸ਼ਨ ਕਰਾਉਂਦੀ ਸੀ ਮੈਂ ਵੀ ਕਿਹਾ ਤੁਸੀਂ ਕਿਸ ਤੋਂ ਕਰਾਉਂਦੇ ਮੈਂ ਵੀ ਪਿੰਡ ਦੇ ਵਿੱਚੋਂ ਇੱਕ ਕੋਈ ਮੁੰਡਾ ਪੜ੍ਹਿਆ ਲਿਖਿਆ ਸੀ ਉਹਨੂੰ ਟਰਾਂਸਲੇਸ਼ਨ ਕਰਾ ਲੈਂਦਾ ਸੀਗਾ ਪਰ ਲਿਖਦਾ ਫਿਰ ਵੀ ਪੰਜਾਬੀ 'ਚ ਕਿਉਂਕਿ ਉਹਨੇ ਮੈਨੂੰ ਕਿਹਾ ਕੋਸ਼ਿਸ਼ ਨਹੀਂ ਕੀਤੀ ਗੱਲ ਨਹੀਂ ਕੀਤੀ ਵੀ ਮੈਨੂੰ ਇਸ ਲੈਂਗੁਏਜ 'ਚ ਸਮਝ ਨਹੀਂ ਆਉਂਦੀ ਤੂੰ ਪੰਜਾਬੀ 'ਚ ਲਿਖ ਕੇ ਭੇਜ ਕੀਤਾ ਕਿਹਾ ਕਿਹਾ ਉਹਨੇ ਫਿਰ ਟਿਊਸ਼ਨ ਕਿਸੇ ਤੋਂ ਸਿੱਖਣਾ ਸ਼ੁਰੂ ਕੀਤਾ ਜੱਸੀ ਨੇ ਫਿਰ ਉਸ ਤੋਂ ਬਾਅਦ ਜੀ ਇੰਨਾ ਹੀ ਦੌਰ ਚੱਲਦਾ ਰਿਹਾ ਮੈਂ ਕੋਸ਼ਿਸ਼ ਕੀਤੀ ਕੈਨੇਡਾ ਜਾਣ ਦੀ ਟਰਾਈ ਕੀਤਾ ਕਾਫੀ ਵਾਰੀ ਏਜੰਟਾਂ ਨੂੰ ਮਿਲ ਕੇ ਪਰ ਮੇਰਾ ਨਹੀਂ ਬਣਿਆ ਹੈ ਨਾ ਕੁਛ ਅਤੇ ਫਿਰ ਜ਼ਿਆਦਾ ਕਰਕੇ ਜੱਸੀ ਨੂੰ ਘਰ ਦੇ ਕਹਿਣ ਲੱਗ ਗਏ ਮੈਰਿਜ ਕਰਾਉਣ ਲਈ ਵੀ ਅਸੀਂ ਤੇਰੀ ਮੈਰਿਜ ਕਰਨੀ ਆ ਹੁਣ ਤੱਕ ਉਹਨਾਂ ਦੇ ਘਰਦਿਆਂ ਨੂੰ ਨਹੀਂ ਪਤਾ ਸੀ ਨੋ ਬਿਲਕੁਲ ਨਹੀਂ ਪਤਾ ਸੀ ਨਾ ਮੇਰੇ ਘਰਦੇ ਨਾ ਉਹਨਾਂ ਦੇ ਘਰਦਿਆਂ ਨੂੰ ਕੁਛ ਨਹੀਂ ਪਤਾ ਜੀ ਕਿਸੇ ਨੂੰ ਵੀ ਫਿਰ 99 ਦੇ ਵਿੱਚ ਉਹ ਇੰਡੀਆ ਆ ਗਈ ਵੀ ਮੈਂ ਇੰਡੀਆ ਮੈਰਿਜ ਕਰਾਉਂਗੀ ਘਰਦਿਆਂ ਨੂੰ ਕਹਿ ਕੇ ਇੱਥੇ ਲਿਆਏ ਉਹ ਆ ਕੇ ਫਿਰ ਅਸੀਂ ਮਿਲੇ 5 ਸਾਲ ਤੁਹਾਡਾ ਚਿੱਠੀ ਪੱਤਰੀ ਅਤੇ ਟੈਲੀਫੋਨ ਦਾ ਹੁੰਦੇ ਨਹੀਂ ਹੋਣੇ ਨਾ ਜੀ ਜਗਰਾਉਂ ਜਾਂਦਾ ਜੀ ਮੈਂ ਫੋਨ ਸੁਣਨ ਲਈ 1 ਮਹੀਨੇ ਬਾਅਦ 'ਚ ਮੈਨੂੰ ਪਤਾ ਹੁੰਦਾ ਵੀ 19 ਤਰੀਕ ਨੂੰ 9 ਵਜੇ ਫੋਨ ਕਰੂਗੀ ਫਲਾਨੀ ਐਸਟੀਡੀ ਦੇ ਅਤੇ ਤੁਸੀਂ ਫੋਨ ਸੁਣਨ ਜਾਂਦੇ ਹਾਂਜੀ 5 ਸਾਲ ਇੱਦਾਂ ਹੀ ਜਾਂਦੇ ਇੱਦਾਂ ਹੀ ਜਾਂਦੇ ਰਹੇ ਫੋਨ ਆਉਂਦਾ ਸੀ ਜੀ ਆਉਂਦਾ ਸੀ ਉਸ ਤੋਂ ਬਾਅਦ ਜੀ ਫਿਰ ਮੈਂ ਅਸੀਂ ਇੰਡੀਆ ਆ ਗਈ 99 ਦੇ ਵਿੱਚ ਅਤੇ ਮੈਰਿਜ ਬਾਰੇ ਗੱਲ ਕਰਨ ਲੱਗੀ ਮੰਮੀ ਵੀ ਸਾਰੇ ਕਹਿੰਦੇ ਆ ਮੈਰਿਜ ਕਰਾਉਣ ਲਈ ਵੀ ਕੋਈ ਕਿੱਦਾਂ ਕਰੀਏ ਮੈਂ ਤੁਹਾਡੇ ਬਿਨਾਂ ਮੈਰਿਜ ਨਹੀਂ ਕਰੀ ਤੁਹਾਡੇ ਕਰਕੇ ਇੰਡੀਆ ਆਈ ਹਾਂ ਕਹਿ ਕੇ ਇੱਦਾਂ ਲਿਆਈ ਹਾਂ ਵੀ ਮੈਂ ਇੰਡੀਆ ਮੈਰਿਜ ਕਰਾਉਂਗੀ ਮੈਂ ਚਲੋ ਓਕੇ ਚਲੋ ਅਸੀਂ ਮਿਲੇ ਇਹ ਰਿਸ਼ਤੇਦਾਰੀ 'ਚ ਚਲੀ ਗਈ ਕਿਹੜੀ ਜਗ੍ਹਾ ਲੁਧਿਆਣਾ ਜੀ ਉੱਥੋਂ ਮੈਂ ਜਾ ਕੇ ਇਹਨੂੰ ਲਿਆ ਇਹਨੇ ਮੈਨੂੰ ਦੱਸਤਾ ਵੀ ਚੱਲੇ ਹਾਂ ਉਸ ਟਾਈਮ 'ਚ 99 ਦੇ ਵਿੱਚ ਘਰ ਸਾਡੇ ਫੋਨ ਲੱਗ ਗਿਆ ਸੀ ਮੇਰੇ ਘਰ ਵੀ ਕਿਉਂਕਿ ਇਹਨੇ ਮੈਨੇ ਫੋਨ 'ਤੇ ਗੱਲ ਕੀਤੀ ਉੱਦਾਂ ਨਹੀਂ ਹੋਈ ਸੀ ਥੋੜ੍ਹੀ ਲੱਗੀ ਫੋਨ ਉੱਥੇ ਮੈਂ ਲੁਧਿਆਣੇ ਆ ਗਿਆ ਮਿਲਿਆ ਕਿ ਮੈਂ ਦੱਸੀ ਹੁਣ ਦੱਸ ਕਿੱਦਾਂ ਕਰਨਾ ਮੰਗਦੀ ਹਾਂ ਤੂੰ ਘਰ ਦੇ ਤੇਰੇ ਹੋਰ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਨਹੀਂ ਚਾਹੁੰਦੇ ਨਹੀਂ ਨਹੀਂ ਮੰਨਣਗੇ ਗੱਲ ਕਰਨ ਦਾ ਤਾਂ ਫਾਇਦਾ ਹੀ ਨਹੀਂ ਸੀ ਕੋਈ ਜੱਸੀ ਕਹਿੰਦੀ ਸੀ ਵੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹਾਂਜੀ ਹਾਂਜੀ ਕਿਉਂਕਿ ਮੈਂ ਉਹਨੂੰ ਕਿਹਾ ਸੀ ਜ਼ਰੂਰ ਮੈਂ ਅਸੀਂ ਮੰਮਾ ਨਾਲ ਗੱਲ ਕਰਕੇ ਦੇਖ ਲਾ ਮੰਮਾ ਤਾਂ ਸ਼ਾਇਦ ਤੇਰੇ ਮੰਨ ਜਾਣ ਕਹਿੰਦੀ ਨੋ ਫਾਇਦਾ ਨਹੀਂ ਕੋਈ ਫਿਰ ਅਸੀਂ ਨਾ ਗੁਰਦੁਆਰੇ ਜਗਰਾਉਂ ਸਿੰਘ ਸਭਾ ਦੇ ਵਿੱਚ ਆਨੰਦ ਕਾਰਜ ਕਰਾ ਲਏ ਇੱਥੋਂ ਮੈਂ ਲੁਧਿਆਣੇ ਤੋਂ ਜਗਰਾਉਂ ਲੈ ਗਿਆ ਦੋ ਤਿੰਨ ਦਿਨ ਇੱਥੇ ਰਹੀ ਲੁਧਿਆਣੇ ਉਹ ਚੌਥੇ ਦਿਨ ਮੈਂ ਉਹਨੂੰ ਬਾਬੇ ਬਕਾਲੇ ਲੈ ਗਿਆ ਕਿਉਂਕਿ ਮੈਂ ਲਵ ਮੈਰਿਜ ਕੋਰਟ ਮੈਰਿਜ ਕਰਾਉਣੀ ਚਾਹੁੰਦਾ ਸੀ ਵੀ ਜਿਵੇਂ ਲੋਕਲ ਇੱਥੇ ਕਰਾਈ ਜਲਦੀ ਪਤਾ ਚੱਲ ਜੂਗਾ ਚਲੋ ਅਸੀਂ ਗਏ ਜੀ ਜਾ ਕੇ ਟਰਾਈ ਕੀਤੀ ਐਪਲੀਕੇਸ਼ਨ ਤਹਿਸੀਲਦਾਰ ਦੇ ਪੇਸ਼ ਹੋਏ ਉਹਨਾਂ ਨੇ ਜੀ ਲਵ ਮੈਰਿਜ ਸਾਡੀ ਮਨਜ਼ੂਰ ਕਰ ਲਈ ਵਾਪਸ ਆ ਕੇ ਉਸੇ ਦਿਨ ਮੈਂ ਫਿਰ ਚੰਡੀਗੜ੍ਹ ਗਿਆ ਨਾਈਟ ਚੰਡੀਗੜ੍ਹ ਕੱਟੀ ਹਨੀਮੂਨ ਲਈ ਇੱਕ ਨਾਈਟ ਮੇਰੇ ਕੋਲ ਉਸ ਦਿਨ ਰਹੀ ਦੂਸਰੇ ਦਿਨ ਮੋਰਨਿੰਗ ਜਿੱਥੇ ਉਹ ਰਹਿੰਦੀ ਸੀ ਰਿਲੇਟਿਵਾਂ ਦੇ ਘਰ ਲੁਧਿਆਣੇ ਫਿਰ ਮੈਂ ਉੱਥੇ ਛੱਡਤਾ ਉਹਨੂੰ ਚਲੋ ਜੀ ਉਸ ਤੋਂ ਬਾਅਦ ਪਿੰਡ ਚਲੇ ਗਏ ਪਿੰਡ ਦੇ ਵਿੱਚ ਫਿਰ ਮੇਲ ਮਿਲਾਪ ਸਾਡਾ ਆ ਰਿਹਾ ਕਦੇ ਨਾਈਟ ਨੂੰ ਮਿਲਣਾ ਕਦੇ ਦਿਨ ਨੂੰ ਮਿਲਣਾ ਫਿਰ ਕੈਨੇਡਾ ਚਲੀ ਗਈ ਜੱਸੀ ਕਿੰਨੇ ਦਿਨ ਜਦੋਂ ਤੁਹਾਡੀ ਮੈਰਿਜ ਹੋਈ ਤਾਂ ਕਿੰਨੇ ਦਿਨ ਜੱਸੀ ਇੱਥੇ ਰਹੀ 1 ਮਹੀਨਾ ਕੈਨੇਡਾ ਜਾ ਕੇ ਮੇਰਾ ਨੇ ਫਿਰ ਮੈਂ ਏਅਰਪੋਰਟ ਛੱਡਣ ਵੀ ਗਿਆ ਜੱਸੀ ਮਦਰ ਨੂੰ ਨਹੀਂ ਪਤਾ ਲੱਗਾ ਨੋ ਅਸੀਂ ਮੇਰੇ ਫਰੈਂਡ ਸੀ ਨਾਲੇ ਸੀ ਅਲੱਗ ਗਏ ਇਹ ਕਹਿੰਦੀ ਸੀ ਨਾਲ ਜਾਇਓ ਉੱਥੇ ਪਹੁੰਚੋ ਮੇਰੇ ਨਾਲ ਪਲੀਜ਼ ਏਅਰਪੋਰਟ 'ਤੇ ਜ਼ਰੂਰ ਆਇਓ ਚਲੋ ਮੈਂ ਗਿਆ ਜਾ ਕੇ ਉੱਥੇ ਵੇਟਿੰਗ ਰੂਮ 'ਚ ਮਿਲੇ ਵੀ ਸੀ ਇਹਨਾਂ ਦੇ ਇੱਕ ਕਜ਼ਨ ਸੀਗਾ ਹਰਦੀਪ ਸਿੰਘ ਮਿੰਟੂ ਇਹਦਾ ਮਾਮਾ ਹੀ ਲੱਗਦਾ ਸਰਜੀਤ ਦਾ ਕਜ਼ਨ ਆ ਉਹਨੇ ਸਾਨੂੰ ਦੇਖ ਲਿਆ ਜਾ ਕੇ ਮੈਂ ਘਰ ਆ ਗਿਆ ਫੋਨ 'ਤੇ ਫਿਰ ਗੱਲਬਾਤ ਚੱਲ ਪਈ ਜੱਸੀ ਨੇ ਮੇਰੇ ਪੇਪਰ ਅਪਲਾਈ ਕਰਤੇ ਕੈਨੇਡਾ ਤੋਂ ਅਤੇ ਪੇਪਰ ਅਪਲਾਈ ਕੀਤੇ ਤਾਂ ਇੱਥੋਂ ਜਿਹੜਾ ਹਰਦੀਪ ਮਿੰਟੂ ਇਹਦਾ ਸਰਜੀਤ ਵਧੇਸੇ ਦਾ ਕਜ਼ਨ ਸੀਗਾ ਉਹਨੇ ਇਹਨਾਂ ਨੂੰ ਦੱਸਤਾ ਵੀ ਜੱਸੀ ਏਅਰਪੋਰਟ 'ਤੇ ਮਿੰਟੂ ਨੂੰ ਮਿਲੀ ਆ ਔਰ ਇਹਨੇ ਮੈਰਿਜ ਕਰਾ ਲਈ ਉਸ ਗੱਲ ਮੇਰੇ ਤੋਂ ਵੀ ਮੇਰੇ ਫਰੈਂਡਾਂ ਤੋਂ ਪਿੰਡ ਦੇ ਵਿੱਚ ਨਿਕਲ ਗਈ ਵੀ ਅਸੀਂ ਲਵ ਮੈਰਿਜ ਕਰਾ ਲਈ ਆ ਲੋਕ ਵੀ ਕਹਿਣ ਲੱਗ ਗਏ ਸੀ
ਪਰ ਮੈਂ ਕਿਸੇ ਨੂੰ ਆਪਣੇ ਦੀ ਮੂੰਹ ਨਹੀਂ ਕਹਿੰਦਾ ਜੀ, ਮੈਂ ਕਹਿੰਦਾ ਨੋ ਨੋ ਉੱਦਾਂ ਹੀ ਯਾਰ, ਉੱਦਾਂ ਹੀ ਜਾਣ ਪਿਆ ਸਾਨੂੰ ਸੀ, ਇੱਦਾਂ ਦੀ ਗੱਲ ਨਹੀਂ। ਮੇਰੇ ਘਰ ਦੇ ਵੀ ਮੈਨੂੰ ਕਹਿੰਦੇ ਸੀ, ਲੋਕ ਘਰਦਿਆਂ ਨੂੰ ਕਹਿਣ ਲੱਗ ਗਏ, ਪਰ ਮੇਰੀ ਮੰਮੀ ਨੇ ਵੀ ਕਿਹਾ। ਮੈਂ ਕਿਹਾ ਨਹੀਂ ਨਹੀਂ ਬਿਲਕੁਲ ਗਲਤ ਆ, ਇੱਦਾਂ ਨਹੀਂ, ਕੋਈ ਗੱਲ ਨਹੀਂ। ਫਿਰ ਅਸੀਂ ਨੇ ਪੇਪਰ ਅਪਲਾਈ ਕਰਤੇ ਮੇਰੇ ਕੈਨੇਡਾ 'ਚੋਂ, ਉਹ ਪੇਪਰ ਆ ਗਏ। ਉਹ ਇਹਨਾਂ ਦੇ ਘਰਦਿਆਂ ਨੂੰ ਉਸੇ ਟਾਈਮ ਪਤਾ ਚੱਲ ਗਿਆ, ਕਿਉਂਕਿ ਉਹ ਹਰਦੀਪ ਮਿੰਟੂ ਸਾਰੀ ਸਥਿਤੀ ਦੱਸ ਰਿਹਾ ਸੀ ਉੱਥੇ। ਫਿਰ ਇੱਕ ਇਹਦੀ ਫਰੈਂਡ ਸੀ ਜੱਸੀ ਦੀ ਕੈਨੇਡਾ ਦੇ ਵਿੱਚ ਕੁੜੀ, ਮੇਰੇ ਉਹਦੇ ਐਡਰੈਸ 'ਤੇ ਲੈਟਰ ਜਾਂਦੇ ਸੀ, ਜੋ ਵੀ ਮੇਰੇ ਡਾਕੂਮੈਂਟ ਸੀ ਸਾਡੀ ਮੈਰਿਜ ਦੇ, ਉਹ ਲੜਕੀ ਕੋਲ ਪਿਆ ਸੀ। ਇਹ ਜੱਸੀ ਨੂੰ ਘਰ ਤੋਂ ਇਹਨੇ ਜਾਣਾ ਬੰਦ ਕਰਤਾ, ਜਦੋਂ ਮੰਨਦੀ ਨਹੀਂ ਪਈ ਸੀ, ਇਹਨੂੰ ਕਿਤੇ ਨਹੀਂ ਜਾਣ ਦਿੰਦੇ ਸੀ, ਕਹਿੰਦੇ ਤੂੰ ਘਰ ਰਹਿ ਕਿਤੇ ਨਹੀਂ ਜਾਣਾ। ਇਹਦਾ ਮਾਮਾ ਅਤੇ ਆਹ ਸੁਰਜੀਤ ਵਧੇਸਾ ਅਤੇ ਇਹਦੀ ਮੰਮੀ ਉਹ ਲੜਕੀ ਕੋਲ ਗਏ, ਉਹ ਜਿਹੜੀ ਫਰੈਂਡ ਸੀ, ਹਾਂਜੀ, ਉਹਨੂੰ ਜਾ ਕੇ ਇਹਨਾਂ ਨੇ ਝੂਠ ਬੋਲਿਆ ਵੀ ਇੱਦਾਂ ਕਰਕੇ ਮਿੱਠੂ ਦੇ ਜਿਹੜੇ ਡਾਕੂਮੈਂਟ ਆ ਜੱਸੀ ਦੇ ਤੇਰੇ ਕੋਲ ਪਏ ਆ, ਉਹ ਸਾਨੂੰ ਦੇ, ਵੀ ਉਹ ਮੁੰਡੇ ਨੂੰ ਇੰਡੀਆ ਤੋਂ ਇੱਥੇ ਬੁਲਾਉਣਾ। ਜੱਸੀ ਜੱਸੀ ਨੇ ਸਾਨੂੰ ਸਾਰਾ ਕੁਛ ਦੱਸਤਾ ਵੀ ਉਹਦੇ ਕਰਕੇ ਤੇਰੇ ਕੋਲ ਆਇਆ। ਉਹ ਵਿਚਾਰੀ ਸੱਚੀ ਸੀ, ਗੋਰੀ ਹੈ ਨਾ, ਗੁੱਡ ਸੀਗੀ, ਉਹ ਬਿਲੀਵ ਕਰ ਗਈ ਇਹਨਾਂ 'ਤੇ, ਉਹਨੇ ਇਹਨਾਂ ਨੇ ਡਾਕੂਮੈਂਟ ਸਾਰੇ ਦੇ ਦਿੱਤੇ। ਉਹ ਕੈਨੇਡੀਅਨ ਸੀ ਕੁੜੀ ਜਿਹਦੇ ਘਰ ਤੁਸੀਂ ਪੇਪਰ ਭੇਜੇ? ਗੋਰੀ ਸੀ, ਗੋਰੀ ਸੀ ਜੀ। ਉਹ ਫਿਰ ਆ ਕੇ ਜੱਸੀ ਨੂੰ ਕਹਿੰਦੇ ਸਾਰਾ ਕੁਛ ਮੂਹਰੇ ਰੱਖਤਾ ਵੀ ਫੋਟੋਆਂ ਜੋ ਵੀ ਮੇਰੀਆਂ ਸੀ ਲੈਟਰ। ਜੱਸੀ ਕਹਿੰਦੀ ਓਕੇ ਠੀਕ ਆ, ਮੈਂ ਹਾਂਜੀ ਕਰਾ ਲਿਆ, ਵੀ ਮੈਰਿਜ ਕਰਾਇਆ ਉਹ ਕਰਾ ਲਈ ਆ। ਉੱਦਾਂ ਵੀ ਮੈਂ ਮੈਰਿਜ ਕਰਾਉਣੀ ਸੀ, ਮੈਨੂੰ ਪਸੰਦ ਸੀ, ਮੈਂ ਵਿਆਹ ਕਰਦੀ ਕਰਾ ਲਈ, ਪਰ ਇਹ ਉਹਨੂੰ ਬੋਲਣ ਲੱਗ ਗਏ ਮੰਮੀ ਅਤੇ ਇਹਦਾ ਮਾਮਾ ਵੀ ਬਹੁਤ ਗਲਤ ਕੀਤਾ ਤੂੰ, ਵੀ ਉਹਨੂੰ ਅਸੀਂ ਨਹੀਂ ਚਾਹੁੰਦੇ ਵੀ ਉੱਥੇ ਤੂੰ ਉਹਨੂੰ ਬੁਲਾਵੇਂ ਇੱਥੇ ਜਾਂ ਉਹਦੇ ਨਾਲ ਰਵੇਂ, ਉਹਨੂੰ ਡਿਵੋਰਸ ਦਿੱਤੀ। ਜੱਸੀ ਕਹਿੰਦੀ ਨਹੀਂ, ਮੈਂ ਡਿਵੋਰਸ ਨਹੀਂ ਦੇਣਾਗਾ। ਆਖਰੋਂ ਕਾਫੀ ਜ਼ਿਆਦਾ ਕੰਮ ਵੱਧ ਗਿਆ ਇਹਨਾਂ ਦੇ ਘਰ ਵਿੱਚ। ਜੱਸੀ ਦਾ ਮਰਡਰ ਕਿਸ ਤਰ੍ਹਾਂ ਕੀਤਾ ਗਿਆ ਫਿਰ ਤੁਹਾਨੂੰ ਅਲੱਗ ਕਰਕੇ? ਇੱਕਦਮ ਦੋ ਬੰਦੇ ਉੱਥੋਂ ਨਿਕਲੇ, ਪਾਨ ਸੀ ਮੇਰੇ ਖਿਆਲ, ਜਦੋਂ ਮਾਰੀ ਇੱਦਾਂ ਪਕੜੀ ਮੇਰੀ ਆਹ ਉਂਗਲ ਇੱਦਾਂ ਹੱਥ ਕੱਟ ਹੋ ਗਿਆ, ਵੀ ਉਹ ਰੌਲਾ ਪਾਉਂਦੀ ਪਈ ਆ ਵੀ ਪਲੀਜ਼ ਨਾ ਮਾਰੋ ਨਾ ਮਾਰੋ, ਪਲੀਜ਼ ਮਿੱਠੂ ਠੀਕ ਆ। ਉਸ ਤੋਂ ਬਾਅਦ ਮੈਨੂੰ ਦਿਖਣਾ ਬੰਦ ਹੋ ਗਏ। ਥੋੜ੍ਹਾ ਟਾਈਮ ਬਾਅਦ 'ਚ ਮੈਨੂੰ ਫਿਰ ਉੱਦਾਂ ਹੀ ਜੱਸੀ ਦੀਆਂ ਆਵਾਜ਼ਾਂ ਪਈਆਂ ਕੰਨਾਂ ਦੇ ਵਿੱਚ, ਜਿਵੇਂ ਉਹ ਕਹਿੰਦੀ ਹੁੰਦੀ ਵੀ ਨਾ ਮਾਰੋ ਨਾ ਮਾਰੋ ਮਿੱਠੂ ਮਿੱਠੂ। ਜਦੋਂ ਇਹ ਸਭ ਹੋ ਰਿਹਾ ਸੀ ਤਾਂ ਉਹ ਫੋਨ 'ਤੇ ਗੱਲ ਕਰਦੀ ਸੀ ਤੁਹਾਡੇ? ਮੇਰੇ ਨਾਲ ਫੋਨ 'ਤੇ ਗੱਲ ਕਰਕੇ ਮੈਨੂੰ ਦੱਸ ਦਿੰਦੀ ਸੀ ਵੀ ਇੱਦਾਂ ਹੋ ਗਿਆ, ਇੱਦਾਂ ਇੱਦਾਂ ਹੋ ਗਿਆ। ਮੈਂ ਕਹਿੰਦੀ ਜੱਸੀ ਧਿਆਨ ਰੱਖ ਤੂੰ ਆਪਣਾ, ਕੋਈ ਗੱਲ ਨਹੀਂ, ਵੀ ਪਤਾ ਤਾਂ ਇੱਕ ਦਿਨ ਲੱਗਣਾ ਹੀ ਸੀਗਾ, ਚਲੋ ਜੋ ਕੁਛ ਹੋ ਗਿਆ ਦੇਖੀ ਜਾਊਗੀ। ਇਹਨਾਂ ਨੇ ਨਾ ਇੱਕ ਲੈਟਰ ਲਿਖਾਈ, ਲਿਖੀ ਆਪ ਪੰਜਾਬੀ ਦੇ ਵਿੱਚ। ਜੱਸੀ ਨੂੰ ਪੰਜਾਬੀ ਨਹੀਂ ਆਉਂਦੀ ਸੀ, ਮਾੜੀ ਟੁੱਟੀ ਪੁੱਟੀ ਜੀ ਲਿਖਦੀ ਸੀ, ਉਹ ਵੀ ਮੇਰੇ ਲੈਟਰਾਂ ਕਰਕੇ ਥੋੜ੍ਹਾ ਬਹੁਤਾ ਲੱਗ ਗਈ ਸੀ, ਪਰ ਇੱਦਾਂ ਫਟਾਫਟ ਪੜ੍ਹ ਨਹੀਂ ਸਕਦੀ ਸੀ ਪੰਜਾਬੀ। ਉਹ ਇਹਨਾਂ ਨੂੰ ਕਹਿੰਦੇ ਵੀ ਜੱਸੀ ਨੂੰ, ਜਿਵੇਂ ਜੱਸੀ ਨੇ ਉਹਨੂੰ ਬਾਅਦ 'ਚ ਦੱਸਿਆ, ਕਹਿੰਦੇ ਵੀ ਤੇਰੇ ਕੋਈ ਪ੍ਰੋਪਰਟੀ ਇੰਡੀਆ ਦੇ ਵਿੱਚ ਆ ਪੰਜਾਬ 'ਚ, ਉਹ ਅਸੀਂ ਤੂੰ ਸਾਡੇ ਨਾਂ ਕਰਾ ਦੇ, ਵੀ ਇੰਡੀਆ ਪੇਪਰ ਭੇਜਣਾ ਜਿੱਥੇ ਮਰਜ਼ੀ ਜਾਈ। ਜੱਸੀ ਨੇ ਉਹ 'ਤੇ ਸਾਈਨ ਕਰਤੇ, ਉਹ ਇਹਨਾਂ ਨੇ SSP ਨੂੰ ਦਰਖਾਸਤ ਪਾਤੀ ਲੈਟਰ, ਵੀ ਲਿਖੀ ਜੱਸੀ ਲਿਓ ਗਈ ਸੀ ਉਹ, ਪਰ ਜੱਸੀ ਨੂੰ ਨਹੀਂ ਪਤਾ ਸੀ ਵੀ ਮੈਂ ਜਗਰਾਉਂ ਗਈ ਸ਼ੋਪਿੰਗ ਕਰਨ ਲਈ, ਉੱਥੇ ਮਿੱਠੂ ਮਿਲਿਆ, ਮਿੱਠੂ ਦੇ ਨਾਲ ਦੋ ਫਰੈਂਡ ਸੀ, ਵੀ ਇਹਨਾਂ ਨੇ ਮੈਨੂੰ ਕਿਡਨੈਪ ਕਰ ਲਿਆ, ਵੀ ਇੱਕ ਕੋਰੇ ਪੇਪਰ 'ਤੇ ਮੇਰੇ ਤੋਂ ਸਾਈਨ ਕਰਾਏ, ਔਰ ਮੈਨੂੰ ਧਮਕੀ ਦਿੱਤੀ ਵੀ ਕਿਸੇ ਕੋਲ ਗੱਲ ਕਰੀ ਤਾਂ ਇੱਦਾਂ ਮਾਰ ਦਾਂਗੇ, ਹਾਂ ਕਰ ਦਾਂਗੇ, ਵੀ ਮੈਂ ਡਰਦੀ ਨੇ ਨਹੀਂ ਕੋਈ ਗੱਲ ਕੀਤੀ, ਹੁਣ ਵੀ ਮੇਰੀ ਵੀ ਗੱਲ 'ਤੇ ਧਿਆਨ ਦਿੱਤਾ ਜਾਵੇ ਵੀ ਉਹਨਾਂ ਦੇ ਮਿੱਠੂਆਂ ਨੂੰ ਪਕੜਿਆ ਜਾਵੇ ਨਾ। ਉਹ ਪੁਲਿਸ ਨੇ ਸਾਡੇ 'ਤੇ ਪਰਚਾ ਦਰਜ ਕਰਤਾ ਜੀ ਕਿਡਨੈਪਿੰਗ ਦਾ। ਹਾਂਜੀ, ਪੁਲਿਸ ਘਰਦਿਆਂ ਨੂੰ ਪਰਿਵਾਰ ਕੋਲ ਆਉਣ ਲਈ, ਮੈਂ ਕੁਦਰਤੀ ਖੇਡਣ ਗਿਆ ਹੋਇਆ ਸੀ, ਪੁਲਿਸ ਨੂੰ ਨਹੀਂ ਮਿਲਿਆ। ਫਿਰ ਜੀ ਇਹਨਾਂ ਨੇ ਪੁਲਿਸ ਨੇ ਮੇਰੇ ਘਰ ਦੇ ਫੜਨੇ ਸ਼ੁਰੂ ਕਰਤੇ, ਮੇਰੇ ਫਰੈਂਡ ਜਿਹੜੇ ਕੋਰਟ ਮੈਰਿਜ ਦੇ ਗਵਾਹ ਸੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਕੜਨ ਲੱਗ ਗਈ, ਉਹਨਾਂ ਨੂੰ ਉਹਦੇ ਮਾਂ ਪਿਓ ਫੜ ਲਏ, ਜ਼ਿਆਦਾ ਹਰਾਸਮੈਂਟ ਹੋ ਗਈ। ਮੈਂ ਥੋੜ੍ਹਾ ਸਾਈਡ 'ਤੇ ਹੋ ਗਿਆ, ਉਹ ਮੁੰਡੇ ਵੀ ਸਾਈਡ 'ਤੇ ਹੋ ਗਏ ਦੋਨੇ। ਆਖਰ ਨੂੰ ਉਹ ਤਾਂ ਮੁੰਡੇ ਪੇਸ ਹੋ ਗਏ ਜਾ ਕੇ, ਜਦੋਂ ਉਹਨਾਂ ਦੇ ਡੈਡੀਆਂ ਨੂੰ ਲੈ ਕੇ ਪਕੜ ਗਏ ਪੁਲਿਸ ਵਾਲੇ, ਉਹ ਕਹਿੰਦੇ ਵੀ ਦੱਸੋ ਵੀ ਮਿੱਠੂ ਨੇ ਮਰਜ਼ੀ ਨਾਲ ਕਰਾਇਆ ਮੈਰਿਜ, ਕੋਈ ਧੱਕਾ ਨਹੀਂ ਕੀਤਾ। ਪਰ ਉੱਥੇ ਇੰਸਪੈਕਟਰ ਲੱਗਿਆ ਸੀ ਹਰਜਿੰਦਰ ਸਿੰਘ, ਉਹ ਬੜਾ ਗੰਦਾ ਅਫਸਰ ਸੀਗਾ, ਉਹਨੇ ਇਹਨਾਂ ਨੂੰ ਕੁੱਟਮਾਰ ਵੀ ਕੀਤੀ ਵੀ ਤੁਸੀਂ ਲਾਲਚ ਵੀ ਦਿੱਤਾ ਇਹਨਾਂ ਨੂੰ ਵੀ ਮਿੱਠੂ ਦੇ ਉਲਟ ਗਵਾਹੀ ਦੇ ਦਿਓ, ਪਰ ਉਹ ਨਹੀਂ ਮੰਨੇ। ਉਹ ਕਹਿੰਦੇ ਨਹੀਂ ਯਾਰ, ਜੋ ਹੈਗਾ ਕੁੜੀ ਨੂੰ ਗੁੱਸਾ ਸਦਕੇ, ਜਿਹਨੇ ਮੈਰਿਜ ਕਰਾਈ ਹੈ ਸਾਨੂੰ ਕਿਉਂ ਪਰੇਸ਼ਾਨ ਕਰਦੇ ਹਾਂ। ਅਤੇ ਉਸ ਤੋਂ ਬਾਅਦ ਜੀ ਮੈਂ ਕਿਸੇ ਦੇ ਟੱਚ 'ਚ ਹੋ ਕੇ ਉਹ ਇੰਸਪੈਕਟਰ ਨੂੰ ਮਿਲ ਪਿਆ। ਮੈਂ ਕਿਹਾ ਸਰ ਜੀ ਦੇਖੋ, ਮੈਂ ਕੋਈ ਗਲਤ ਨਹੀਂ ਕੀਤਾ, ਮੈਰਿਜ ਹੀ ਕਰਾਈ ਆ, ਕੁਛ ਗੁਨਾਹ ਤਾਂ ਨਹੀਂ ਕੀਤਾ, ਵੀ ਆਹ ਦੇਖੋ ਸਾਰਾ ਕੁਛ। ਉਹ ਬਾਬੇ ਬਕਾਲੇ ਵਾਲੇ ਪੇਪਰ ਦਿਖਾਤੇ? ਹਾਂਜੀ, ਸਾਰੇ ਫੋਟੋ ਵੀ ਦਿਖਾਤੇ ਜੋ ਅਸੀਂ ਮੈਰਿਜ ਦੇ ਕੀਤੀ ਸੀ ਫੋਟੋ। ਫਿਰ ਉਹ ਮੈਨੂੰ ਥਾਣੇਦਾਰ ਕਹਿੰਦਾ ਮਿੱਠੂ, ਉਹਨਾਂ ਨੇ ਮੈਨੂੰ ਜਿੰਨ ਗੱਡੀ ਲੈ ਕੇ ਦਿੱਤੀ ਆ, ਤੂੰ ਬੁਲਟ ਮੋਟਰਸਾਈਕਲ ਲੈ ਦੇ। ਮੈਂ ਸਰ ਜੀ ਮੈਂ ਕਾਹਦਾ ਲੈ ਕੇ ਦੇਵਾਂ, ਕਿਉਂ ਲੈ ਕੇ ਦੇਵਾਂ, ਮੈਂ ਕੋਈ ਗਰਾਂ ਕੀਤਾ?
ਜੈਨ ਗੱਡੀ ਕਿਹਨੇ ਨੇ ਕਹਿੰਦਾ ਕੁੜੀ ਵਾਲੇ ਨੇ ਹਾਂ ਕਹਿੰਦਾ ਉਹਦੇ ਮਾਮੇ ਨੇ ਮੈਨੂੰ ਜੈਨ ਕਾਰ ਲੈ ਕੇ ਦਿੱਤੀ ਆ ਮੈਂ ਕਿਹਾ ਠੀਕ ਹੈ ਵੀ ਜੀ ਸਰ ਜੀ ਤੁਹਾਨੂੰ ਲੈਤੀ ਉਹ ਪਰ ਮੈਂ ਤਾਂ ਕੋਈ ਗੱਲ ਨਹੀਂ ਬਾਹਰ ਜਾਵਣਾ ਤੁਹਾਨੂੰ ਲੈ ਕੇ ਭੇਜ ਦੂੰਗਾ ਫਿਲਹਾਲ ਮੇਰੇ ਕੋਲ ਪਹੁੰਚ ਨਹੀਂ ਗਈ ਚਲੋ ਜੀ ਮੈਂ ਉਹਨੂੰ 25-30 ਹਜ਼ਾਰ ਰੁਪਈਆ ਦਿੱਤਾ ਮੈਂ ਕਿਹਾ ਯਾਰ ਮੈਨੂੰ ਪਰੇਸ਼ਾਨ ਨਾ ਕਰ ਕਹਿੰਦਾ ਚਲੋ ਨਹੀਂ ਕਰਦਾ ਕਿਸੇ ਬੰਦੇ ਦੇ ਥਰੂ ਦਿੱਤਾ ਉਹ ਨਾਲ ਹੀ ਸੀ ਬੰਦਾ ਉਦੋਂ 2-4 ਦਿਨ ਉਹਨੇ ਮੈਨੂੰ ਕੁਛ ਨਹੀਂ ਕਿਹਾ ਨਾ ਮੇਰੇ ਪਰਿਵਾਰ ਉਦੋਂ ਬਾਅਦ 'ਚ ਫਿਰ ਉੱਦਾਂ ਹੀ ਲੱਗ ਗਏ ਕਰਨ ਜੀ ਮੇਰੀ ਮਾਸੀ ਮਾਸੜ ਜੀ ਫੜ ਲਏ ਮੇਰਾ ਨਾਨਾ ਜੀ ਪਕੜ ਲਿਆ ਮੇਰੀ ਮਾਂ ਨੂੰ ਪਕੜ ਕੇ ਲੈ ਆਏ ਥਾਣੇ ਦੇ ਵਿੱਚ ਹਰਾਸਮੈਂਟ ਬਹੁਤ ਕੀਤਾ ਪਸ਼ੂ ਖੋਲ੍ਹਤੇ ਸਾਡੇ ਮਤਲਬ ਸੰਗਲ ਲਾਇਆ ਹੀ ਪੁਲਿਸ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਮੈਨੂੰ ਉਸ ਤੋਂ ਬਾਅਦ ਜੀ ਮੈਂ ਜੱਸੀ ਨਾਲ ਗੱਲ ਹੋ ਗਈ ਮੇਰੀ ਕਾਫੀ ਦਿਨ ਬਾਅਦ ਹੋਈ ਗੱਲ ਕਿਉਂਕਿ ਉਹਨੂੰ ਵੀ ਘਰੋਂ ਪ੍ਰੋਬਲਮ ਪੈ ਗਈ ਜੀ ਉੱਥੇ ਮੈਂ ਜੱਸੀ ਵੀ ਇੱਦਾਂ ਯਾਰ ਕਿਉਂ ਕੀਤਾ ਤੂੰ ਵੀ ਤੂੰ ਡਿਵੋਰਸ ਲੈਣਾ ਸੀ ਮੈਨੂੰ ਉੱਦਾਂ ਕਹਿਣ ਦੀ ਮੈਂ ਆਪਾਂ ਮੈਂ ਕਿਹੜਾ ਕੁਝ ਤੇਰੇ ਨਾਲ ਜ਼ਬਰਦਸਤੀ ਕੀਤੀ ਆ ਵੀ ਦੇਖ ਮੇਰੇ ਤਾਂ ਜੋ ਹੋ ਗਿਆ ਹੋ ਗਿਆ ਮੇਰੇ ਫਰੈਂਡ ਯਾਰ ਪਰੇਸ਼ਾਨ ਆ ਮੇਰੇ ਘਰ ਦੇ ਪਰੇਸ਼ਾਨ ਆ ਇਹ ਕਰਕੇ ਆਪਣੇ ਕਰਕੇ ਆਪਾਂ ਮੈਰਿਜ ਤਾਂ ਆਪਾਂ ਕਰਾਈ ਆ ਉਹਨੇ ਫਿਰ ਆਹ ਹਿਸਟਰੀ ਦੱਸੀ ਮੈਨੂੰ ਵੀ ਇੱਦਾਂ ਦਾ ਕਰਕੇ ਇਹਨਾਂ ਨੇ ਵੀ ਤੂੰ ਪੰਜਾਬੀ 'ਚ ਇੱਕ ਲੈਟਰ 'ਤੇ ਸੈਨ ਕਰਾਇਆ ਮੈਨੂੰ ਕਹਿੰਦੀ ਹੁਣ ਦੱਸੋ ਤੁਸੀਂ ਮੈਂ ਇੰਡੀਆ ਜਾਂਦੀ ਹਾਂ ਮੈਂ ਕਿਹਾ ਅਸੀਂ ਇੰਡੀਆ ਰਹਿੰਦੇ ਵੀ ਤੂੰ ਇੱਕ ਲੈਟਰ ਹੀ ਪਾ ਦੇ ਪੁਲਿਸ ਨੂੰ ਪਾ ਦੇ ਮੇਲ ਕਰ ਦੇ ਉਹਨੇ ਮੇਲ ਕਰਤੀ ਜੀ ਇੱਕ ਐੱਸ ਪੀ ਡੀ ਸੀਗੀ ਰਘਵੀਰ ਸਿੰਘ ਸੰਧੂ ਲੱਗੇ ਆਪਣੇ ਜਗਰੋਂ ਮੇਲ ਮੈਂ ਹੀ ਆਪਦੇ ਕੋਲ ਕਰਾਈ 9 ਅਤੇ ਐੱਸ ਪੀ ਡੀ ਸਭ ਦੇ ਕਰਾਈ ਸੀ ਵੀ ਉਹਨੇ ਲਿਖਿਆ ਨੋਟਰੀ ਤੋਂ ਟੈਸਟ ਕਰਵਾ ਕੇ ਇੱਕ ਪਾਈ ਲੈਟਰ ਵੀ ਜੋ ਵੀ ਮਿੱਠੂ 'ਤੇ ਕੇਸ ਜਾਂ ਉਹਦੇ ਫਰੈਂਡਾਂ 'ਤੇ ਕੇਸ ਚੱਲਦਾ ਵੀ ਉਹ ਸਟੋਪ ਕੀਤਾ ਵੀ ਮੈਂ ਆਪਣੀ ਮਰਜ਼ੀ ਨਾਲ ਮੈਰਿਜ ਕਰਾਈ ਆ ਉਹ ਮੈਂ ਸਾਹਿਬ ਨੂੰ ਦਿਖਾਈ ਆ ਕਿ ਸਾਹਿਬ ਕਹਿੰਦਾ ਮਿੱਠੂ ਐੱਸ ਪੀ ਸਾਹਿਬ ਨੂੰ ਦਿਖਾਈ ਕਹਿੰਦਾ ਤੇਰਾ ਕੇਸ ਕੋਰਟ ਚਲਿਆ ਗਿਆ ਤੂੰ ਜ਼ਮਾਨਤ ਕਰਾ ਲਾ ਯਾਰ ਚਲੋ ਜੀ ਇੱਥੋਂ ਜ਼ਮਾਨਤਾਂ ਲੈ ਲਈਆਂ ਉਹ ਲੈਟਰ ਦਾ ਇਹਨਾਂ ਨੂੰ ਪਤਾ ਲੱਗ ਗਿਆ ਉੱਧਰ ਕੈਨੇਡਾ ਦੇ ਵਿੱਚ ਵੀ ਜੱਸੀ ਨੇ ਚਿੱਠੀ ਭੇਜਤੀ ਹੈ ਹਾਂਜੀ ਜੱਸੀ ਦੀ ਫਿਰ ਕੁੱਟਮਾਰ ਸ਼ੁਰੂ ਹੋ ਗਈ ਪਰੇਸ਼ਾਨ ਕਰਨ ਲੱਗ ਗਈ ਆਖਰ ਨੂੰ ਉੱਧਰੋਂ ਕੈਨੇਡਾ ਦੇ ਵਿੱਚੋਂ ਜੱਸੀ ਨੇ ਪੁਲਿਸ ਨੂੰ ਸੱਦਿਆ ਕੈਨੇਡਾ ਪੁਲਿਸ ਨੂੰ ਸੱਦ ਕੇ ਆਪਦਾ ਘਰੋਂ ਸਮਾਨ ਚੁੱਕ ਲਿਆ ਆਪਦੀ ਫਰੈਂਡ ਦੇ ਘਰ ਚਲੀ ਗਈ ਔਰ ਮੈਨੂੰ ਫੋਨ ਕਰਤਾ ਵੀ ਇੱਦਾਂ ਕਰਕੇ ਵੀ ਮੈਂ ਉੱਥੋਂ ਘਰ ਤੋਂ ਆ ਗਈ ਹਾਂ ਨਾ ਵੀ ਮੈਂ ਇੰਡੀਆ ਆਉਣਾ ਤੁਹਾਡੇ ਕੋਲ ਆਉਣਾ ਵੀ ਮੇਰਾ ਬ੍ਰਦਰ ਮੇਰੇ ਨਾਲ ਸਹਿਮਤ ਆ ਵੀ ਉਹ ਕਹਿੰਦਾ ਮੇਰਾ ਫਾਦਰ ਵੀ ਮੇਰੇ ਨਾਲ ਸਹਿਮਤ ਉਹ ਕਹਿੰਦੇ ਵੀ ਜੱਸੀ ਤੂੰ ਮਿੱਠੂ ਕੋਲ ਜਾ ਵੜ ਜਾ ਮਿੱਠੂ ਇੱਥੇ ਬੁਲਾ ਲਾ ਵੀ ਇਹ ਤੈਨੂੰ ਪਰੇਸ਼ਾਨ ਕਰਨਗੇ ਮਾਮਾ ਅਤੇ ਮਾਂ ਉਹਦਾ ਬ੍ਰਦਰ ਕਹਿੰਦਾ ਜੱਸੀ ਨੇ ਇਹ ਗੱਲ ਮੈਨੂੰ ਕਹੀ ਬਸ ਜੱਸੀ ਓਕੇ ਠੀਕ ਆ ਵੀ ਤੂੰ ਇੰਡੀਆ ਨਾ ਇੱਥੇ ਗਰਮੀ ਬਹੁਤ ਜ਼ਿਆਦਾ ਆ ਕੋਈ ਨਹੀਂ ਕੇਸ ਤੂੰ ਭੇਜਤੀ ਆ ਖਤਮ ਹੋ ਜੂ ਮੈਂ ਆ ਜੂੰਗਾ ਤੂੰ ਪੇਪਰ ਤਾਂ ਅਪਲਾਈ ਕੀਤੀ ਆ ਮੈਂ ਪੇਪਰ ਪਾ ਦਿੰਦਾ ਉਹ ਫਾਈਲ ਦੇ ਦੇਣਾ ਵੈਸੇ ਦੇ ਵਿੱਚ ਚਲੋ ਜੀ ਜੱਸੀ ਕਹਿੰਦੀ ਨੋ ਮੈਂ ਨਹੀਂ ਰਹਿਣਾ ਮੈਂ ਤੁਹਾਨੂੰ ਨਾਲ ਹੀ ਵਾਪਸ ਲੈ ਕੇ ਆਊਂਗੀ ਮੇਰਾ ਦਿਲ ਨਹੀਂ ਲੱਗਦਾ ਰੋਣ ਲੱਗ ਗਈ ਮੈਂ ਚਲੋ ਦੇਖ ਲਾ ਜਿੱਦਾਂ ਵੀ ਕਰਨਾ ਇਹਨੇ ਦੱਸਤਾ ਵੀ ਮੈਂ ਇੰਨੀ ਐਮਰਜੈਂਸੀ ਟਿਕਟ ਲੈ ਕੇ ਇੰਡੀਆ ਆ ਰਹੀ ਚਲੋ ਜੀ ਇੰਡੀਆ ਆ ਗਈ ਜੱਸੀ ਕਦੋਂ ਆਈ ਮਈ ਦੇ ਵਿੱਚ 2000 'ਚ 2000 ਮਈ ਮਹੀਨੇ 'ਚ ਜੀ ਜੀ ਅਸੀਂ ਫਿਰ 12 ਮਈ ਨੂੰ ਜਾ ਕੇ ਜੱਜ ਸਾਹਿਬ ਦੇ ਪੇਸ਼ ਹੋਏ ਜਿੱਥੇ ਮੇਰਾ ਉਹ ਕੇਸ ਚੱਲਦਾ ਪਿਆ ਸੀ ਕਿਡਨੈਪਿੰਗ ਵਾਲਾ ਜੱਸੀ ਨੇ ਗਵਾਹੀ ਦਿੱਤੀ ਵੀ ਮੈਂ ਮਰਜ਼ੀ ਨਾਲ ਮੈਰਿਜ ਕਰਾਈ ਹੈ ਵੀ ਜੱਜ ਸਾਹਿਬ ਇਹ ਕੇਸ ਬੰਦ ਕੀਤਾ ਜਾਵੇ ਵੀ ਕੋਈ ਮੇਰੇ ਨਾਲ ਧੱਕਾ ਜ਼ਬਰਦਸਤੀ ਕਿਸੇ ਨੇ ਨਹੀਂ ਕੀਤਾ ਉਹ ਪਰਚਾ ਸਾਡਾ ਕੈਂਸਲ ਹੋ ਗਿਆ ਉਸ ਤੋਂ ਬਾਅਦ ਜੀ ਮੈਂ ਜੱਸੀ ਨੂੰ ਪਿੰਡ ਨਹੀਂ ਲੈ ਗਿਆ ਮੈਂ ਨਾ ਪੰਜਾਬ 'ਚੋਂ ਹੀ ਬਾਹਰ ਰਿਹਾ ਅਤੇ ਗਰੀਬ ਨਹੀਂ ਕਦੇ ਕੁੱਲੂ ਮਨਾਲੀ ਰਾਜਸਥਾਨ ਇੱਦਾਂ ਘੁੰਮਦੇ ਰਹੇ ਆਖਰ ਨੂੰ ਮੇਰੇ ਘਰਦਿਆਂ ਨੇ ਕੋਈ ਇੱਕ ਪਾਰਟੀ ਰੱਖਤੀ ਵੀ ਲੋਕਾਂ ਨੂੰ ਵੀ ਲੋਕ ਪਾਰਟੀ ਮੰਗਦੇ ਇੱਦਾਂ ਹੈ ਨਾ ਹਰ ਕੀ ਕਹਿੰਦਾ ਅਤੇ ਉਹ ਪਰ ਮੈਂ ਮਨਾ ਕਰਦਾ ਸੀ ਮੈਂ ਕਿਹਾ ਤੁਸੀਂ ਰਹਿਣ ਦਿਉ ਵੀ ਜਾ ਬਣ ਦਿਉ ਫਿਰ ਵਾਪਸ ਜਦੋਂ ਮੁੜ ਕੇ ਆਊਂਗਾ ਉਦੋਂ ਕਰ ਲਵਾਂਗੇ ਪਰ ਘਰਦੇ ਵੀ ਨਹੀਂ ਮੰਨੇ ਰਿਸ਼ਤੇਦਾਰ ਵੀ ਨਹੀਂ ਮੰਨੇ ਫਰੈਂਡ ਵੀ ਮੈਨੂੰ ਕਹਿੰਦੇ ਵੀ ਨਹੀਂ ਮਿੱਠੂ ਅਤੇ ਚਲੋ ਜੀ ਘਰਦਿਆਂ ਨੇ 12 ਜੂਨ ਦੀ ਪਾਰਟੀ ਰੱਖੀ ਸੀ ਮੈਂ ਘਰਦਿਆਂ ਦੇ ਕਹਿਣ ਦੇ ਮੁਤਾਬਕ ਨਾਨਕੇ ਪਿੰਡ ਆ ਗਿਆ ਉਹ ਵੀ ਘਰਦੇ ਕਹਿੰਦੇ ਨਾ ਮੰਮੀ ਹੋਣੀ ਕਹਿੰਦੇ ਜੀ ਕਿ ਮਿੱਠੂ ਵੀ ਤੇਰੇ ਮਾਮਿਆਂ ਨੇ ਕੁਛ ਲੈ ਕੇ ਦੇਣਾ ਨਾਨਕੇ ਕੁਛ ਲੈ ਕੇ ਦਿੰਦੇ ਸਮਾਨ ਵੀ ਜੱਸੀ ਲਈ ਲੈ ਕੇ ਦੇਣਾ ਜੱਸੀ ਦੀ ਪਸੰਦ ਦਾ ਲੈ ਕੇ ਦੇਣਾ ਇਹਨਾਂ ਨੂੰ ਨਹੀਂ ਪਤਾ ਕੀ ਲੈ ਕੇ ਦੇਣਾ ਉਹ ਜੋ ਪਸੰਦ ਕਰੂਗੀ ਉਹ ਲੈ ਕੇ ਦੇਵਾਂਗੇ ਤੁਸੀਂ ਉੱਥੇ ਆ ਜਾ ਚਲੋ ਜੀ ਉਹਨਾਂ ਦੇ ਕਹਿਣ ਦੇ ਬਾਵਜੂਦ ਮੈਂ ਨਾਰੀਕੇ ਪਿੰਡ 7 ਜੂਨ ਨੂੰ ਆ ਗਏ ਆਪਣੇ ਨਾਨਕੇ ਹਾਂਜੀ ਨਾਰੀਕੇ ਪਿੰਡ ਜੱਸੀ ਦਾ ਮਰਡਰ ਕਿਸ ਤਰ੍ਹਾਂ ਕੀਤਾ ਗਿਆ ਫਿਰ ਤੁਹਾਨੂੰ ਅਲੱਗ ਕਰਕੇ ਇੱਕਦਮ 2 ਬੰਦੇ ਉੱਥੋਂ ਨਿਕਲੇ ਪਾਂ ਸੀ ਮੇਰੇ ਖਿਆਲ ਜਦੋਂ ਮਾਰੀ ਇੱਦਾਂ ਪਕੜੀ ਮੇਰੀ ਆਹ ਉਂਗਲ ਇੱਦਾਂ ਹੱਥ ਕੱਟ ਹੋ ਗਿਆ ਵੀ ਉਹ ਰੌਲਾ ਪਾਉਂਦੀ ਪਈ ਆ ਵੀ ਪਲੀਜ਼ ਨਾ ਮਾਰੋ ਨਾ ਮਾਰੋ ਪਲੀਜ਼ ਮਿੱਠੂ ਠੀਕ ਆ ਉਸ ਤੋਂ ਬਾਅਦ ਮੈਨੂੰ ਦਿਖਣਾ ਬੰਦ ਹੋ ਗਏ ਥੋੜ੍ਹਾ ਟਾਈਮ ਬਾਅਦ 'ਚ ਮੈਨੂੰ ਫਿਰ ਉੱਦਾਂ ਹੀ ਜੱਸੀ ਦੀਆਂ ਆਵਾਜ਼ਾਂ ਪਈਆਂ ਕੰਨਾਂ ਦੇ ਵਿੱਚ ਜਿਵੇਂ ਉਹ ਕਹਿੰਦੀ ਹੁੰਦੀ ਵੀ ਨਾ ਮਾਰੋ ਨਾ ਮਾਰੋ ਮਿੱਠੂ ਮਿੱਠੂ ਸੱਤ ਜੂਨ ਨੂੰ ਮੈਂ ਆਇਆ ਦੁਪਹਿਰੇ 12-1 ਵਜੇ ਸ਼ਾਮ ਨੂੰ ਜੱਸੀ ਦੀ ਮੰਮੀ ਦਾ 7 ਵਜੇ ਫੋਨ ਆ ਗਿਆ ਮੇਰੇ ਮਾਮੇ ਦੇ ਘਰ
ਇਹਨਾਂ ਕੋਲ ਨੰਬਰ ਤਾਂ ਮੇਰੇ ਰਿਸ਼ਤੇਦਾਰਾਂ ਦੇ ਸਾਰੇ ਸੀ ਕਿਉਂਕਿ ਜੱਸੀ ਘਰ ਤੋਂ ਮੈਨੂੰ ਫੋਨ ਕਰਦੀ ਹੁੰਦੀ ਸੀ ਜਾਂ ਰਿਸ਼ਤੇਦਾਰੀ 'ਚ ਜਾਂ ਕਿਸੇ ਫਰੈਂਡ ਦੇ ਕੋਲ ਮੈਂ ਹੁੰਦਾ ਸੀ ਮਾਮਾ ਜੀ ਨੇ ਕਿਹਾ ਵੀ ਜੱਸੀ ਦੀ ਮੰਮੀ ਦਾ ਫੋਨ ਆਇਆ ਤੂੰ ਉਸੀ ਗੱਲ ਕਰਨੀ ਜੱਸੀ ਨੂੰ ਪੁੱਛਿਆ ਜੱਸੀ ਕੀ ਹਾਂਜੀ ਕਰਨੀ ਆ ਮੈਂ ਚਲੋ ਜੱਸੀ ਗੱਲ ਕਰ ਲਈ ਪਲੀਜ਼ ਕੋਈ ਇੱਦਾਂ ਦੀ ਗੱਲ ਨਾ ਦੱਸੀ ਮੈਂ ਕਿਹਾ ਜੀ ਮੇਰੇ ਨਾਲ ਗੱਲ ਕਰਨ ਲਈ ਕਿਹਾ ਮੈਂ ਨਹੀਂ ਗੱਲ ਕਰਨੀ ਮੈਂ ਕੀ ਕਹੂੰਗਾ ਐਵੇਂ ਬੋਲਣਗੇ ਮੈਨੂੰ ਕਹਿੰਦੀ ਓਕੇ ਠੀਕ ਆ ਜੱਸੀ ਨੇ ਆਪਣੀ ਮੰਮੀ ਨਾਲ ਗੱਲ ਕੀਤੀ ਕਾਫੀ ਟਾਈਮ ਅੱਧਾ ਪੌਣਾ ਘੰਟਾ ਗੱਲ ਹੋਈ ਉਸ ਤੋਂ ਬਾਅਦ 'ਚ ਜੱਸੀ ਬਹੁਤ ਜ਼ਿਆਦਾ ਖੁਸ਼ ਸੀ ਖੁਸ਼ ਸੀ ਹਾਂਜੀ ਬਹੁਤ ਖੁਸ਼ ਹੋਈ ਕਹਿੰਦੀ ਮੰਮੀ ਬੋਲਣ ਲੱਗ ਗਈ ਹੈ ਨਾ ਬੜਾ ਵਧੀਆ ਹੋ ਗਿਆ ਨਾ ਮੰਮੀ ਇੱਦਾਂ ਕਹਿੰਦੇ ਮੰਮੀ ਇੱਦਾਂ ਕਹਿੰਦੇ ਆ ਮੈਂ ਜੱਸੀ ਠੀਕ ਆ ਕੋਈ ਗੱਲ ਨਹੀਂ ਹੌਲੀ ਹੌਲੀ ਸਾਰਾ ਠੀਕ ਹੋ ਜੂਗਾ ਸਵੇਰੇ ਸਾਰੀ ਮੰਮੀ ਦਾ ਜੀ ਦਾ ਫਿਰ ਫੋਨ ਆ ਗਿਆ ਮਾਮੇ ਦੀ ਘਰ ਮਾਮਾ ਜੀ ਨੇ ਫਿਰ ਦੱਸਿਆ ਵੀ ਜੱਸੀ ਦੀ ਮੰਮੀ ਦਾ ਫੋਨ ਆਇਆ ਗੱਲ ਕਰਨੀ ਜੱਸੀ ਕਹਿੰਦੀ ਹਾਂਜੀ ਕਰਨੀ ਮਾਮਾ ਜੀ ਫੋਨ ਕੋਲ ਲੈ ਜੇ ਚੱਕਣ ਚਲੇ ਗਏ ਦੂਸਰੇ ਕਮਰੇ 'ਚ ਸੀਗਾ ਉਹ ਮੈਨੂੰ ਜੱਸੀ ਕਹਿੰਦੀ ਤੁਸੀਂ ਵੀ ਗੱਲ ਕਰ ਲਿਓ ਮੰਮੀ ਰਾਤ ਬਹੁਤ ਕਹਿੰਦੀ ਸੀ ਮੈਂ ਨਹੀਂ ਜੱਸੀ ਮੈਂ ਨਹੀਂ ਗੱਲ ਕਰਨੀ ਕਹਿੰਦੀ ਨਹੀਂ ਕਰ ਲਿਓ ਮੈਂ ਚਲੋ ਦੇਖਾਂਗੇ ਚਲੋ ਜੱਸੀ ਗੱਲ ਕਰਨ ਲੱਗ ਗਈ ਜੱਸੀ ਨੇ ਮੈਨੂੰ ਫੋਨ ਦਿੱਤਾ ਇਹ ਮੰਮੀ ਨੂੰ ਮੈਂ ਹੈਲੋ ਬੋਲਿਆ ਕਹਿੰਦੀ ਹਾਂ ਮਿੱਠੂ ਮੈਂ ਕਿਹਾ ਜੀ ਠੀਕ ਆ ਕਹਿੰਦੀ ਤੂੰ ਬਹੁਤ ਗਲਤ ਕੀਤਾ ਮੈਂ ਕਿਹਾ ਜੀ ਕੀ ਗਲਤ ਕਰਤਾ ਵੀ ਜੱਸੀ ਨੂੰ ਪਸੰਦ ਸੀਗਾ ਕੋਈ ਜ਼ਬਰਦਸਤੀ ਤਾਂ ਨਹੀਂ ਕੀਤੀ ਇੱਕ ਦੂਜੇ ਨੂੰ ਪਸੰਦ ਸੀ ਮੈਰਿਜ ਕਰਾ ਲਈ ਕਹਿੰਦੀ ਤੂੰ ਸੋਚਿਆ ਕਦੇ ਵੀ ਇਹਦਾ ਅਸਰ ਕੀ ਹੋਊਗਾ ਇਹਦਾ ਨਤੀਜਾ ਬਹੁਤ ਤੂੰ ਮਾੜਾ ਭੁਗਤੇਗਾ ਮੈਂ ਕਿਹਾ ਜੀ ਦੇਖੋ ਮਾੜਾ ਤਾਂ ਤੁਸੀਂ ਮੈਨੂੰ ਭੁਗਤਾ ਤਾ ਮੇਰੇ 'ਤੇ ਪਰਚਾ ਕਰਾਤਾ ਸੀਗਾ ਵੀ ਸੁਰਜੀਤ ਨੂੰ ਇਹਦੇ ਮਾਮੇ ਨੂੰ ਕਹਿ ਦਿਓ ਮੇਰੇ ਹੱਥ ਮੰਨ ਕੇ ਬੇਨਤੀ ਆ ਸਾਨੂੰ ਆਪਣੀ ਜ਼ਿੰਦਗੀ ਜਿਉਣ ਦਿਓ ਵੀ ਜੇ ਤੁਸੀਂ ਚਾਹੋ ਨਾ ਮੈਂ ਜੱਸੀ ਨੂੰ ਇੱਥੇ ਰਹਿ ਪਏ ਤਾਂ ਇੰਡੀਆ ਰੱਖ ਲੂੰਗਾ ਜੇ ਤੂੰ ਨਹੀਂ ਰਹਿ ਹੁੰਦਾ ਕੈਨੇਡਾ ਵੀ ਬਹੁਤ ਵੱਡਾ ਮੈਂ ਸਾਈਡ 'ਤੇ ਰਹਿ ਲੂੰਗਾ ਤੁਹਾਡੇ ਸਾਰੀ ਜ਼ਿੰਦਗੀ ਸਾਹਮਣੇ ਨਹੀਂ ਇਹਦਾ ਮਾਮਾ ਤਾਂ ਕਹਿੰਦਾ ਵੀ ਮਿੱਠੂ ਨੂੰ ਤਾਂ ਬਹੁਤ ਬਹੁਤ ਵੀ ਬਹੁਤ ਮਾੜਾ ਅਸਰ ਦੇਖਣਾ ਪਊਗਾ ਉਦੋਂ ਨੂੰ ਇਹਨੇ ਸੁਰਜੀਤ ਨੇ ਉਦੋਂ ਕੋਲ ਹੀ ਹੋਊਗਾ ਫੋਨ ਫੜ ਲਿਆ ਉੱਚੀ ਉਹ ਹੈਲੋ ਇੰਝ ਕਰਕੇ ਬੋਲਿਆ ਮੈਨੂੰ ਨਹੀਂ ਪਤਾ ਵੀ ਉਹੀ ਆ ਮੈਂ ਕਿਹਾ ਸਾਡੇ ਡੈਡੀ ਹੋਣਗੇ ਮੈਂ ਕਿਹਾ ਹਾਂਜੀ ਕਹਿੰਦਾ ਮਿੱਠੂ ਬਹੁਤ ਗਲਤ ਜਗ੍ਹਾ ਹੱਥ ਪਾ ਲਿਆ ਤੇਰਾ ਤਾਂ ਗਾਂਹ ਖਾਨਦਾਨ ਵੀ ਦਾਦੇ ਗਾਂਹ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਵੀ ਤੂੰ ਕਿੱਥੇ ਪੰਗਾ ਲਿਆ ਸੀ ਅਤੇ ਤੂੰ ਆਪਦੀ ਇਕਾਤ ਭੁੱਲ ਗਿਆ ਮੈਂ ਕੁਦਰਤੀ ਜੀ ਮੈਥੋਂ ਇਹ ਕਿਹਾ ਗਿਆ ਮੈਂ ਕਿਹਾ ਇਕਾਤ ਤਾਂ ਕੀ ਮੈਂ ਕਿਹੜਾ ਵੀ ਤੁਸੀਂ ਤਾਂ ਫਿਰ ਵੀ ਇੱਥੋਂ ਦਿਹਾੜੀਆਂ ਲਾਉਂਦੇ ਗਏ ਆ ਇੱਥੇ ਜਾ ਕੇ ਸਾਹੂਕਾਰ ਬਣਿਆ ਮੈਂ ਤਾਂ ਦਿਹਾੜੀ ਕਿਤੇ ਲਾਈ ਹੋਈ ਨਹੀਂ ਗਈ ਮੈਂ ਤਾਂ ਘਰੇ ਵਧੀਆ ਠੀਕ ਆਉਣ ਵੀ ਪਰ ਗਰੀਬੀ ਮੇਰੀ ਤਾਂ ਗੱਲ ਆ ਮੈਂ ਇੱਥੇ ਆ ਗਿਆ ਮੈਂ ਵੀ ਤੁਹਾਡੇ ਵਾਂਗੂ ਥੋੜ੍ਹਾ ਪੈਸੇ ਬਣਾ ਕੇ ਤੁਹਾਡੇ ਬਰਾਬਰ ਆ ਜੂੰਗਾ ਕਹਿੰਦਾ ਪੁੱਤ ਜੇ ਇੱਥੇ ਆਏਗਾ ਫੇਰ ਹੀ ਆ ਤੇਰਾ ਜੇ ਖਾਨਦਾਨ ਨਾ ਖਤਮ ਕਰਾਤਾ ਨਾ ਮੈਨੂੰ ਸੁਰਜੀਤ ਨਾ ਕੀ ਮੈਂ ਕਿਹਾ ਮੈਂ ਛੱਡ ਪਰਾਂ ਵੀ ਮੈਂ ਜੱਸੀ ਨੂੰ ਪੜਾਉਣਾ ਫੋਨ ਪੜਾਤਾ ਮੈਂ ਕਿਹਾ ਵੱਧ ਘੱਟ ਬੋਲਿਆ ਜਾਂਦਾ ਫਿਰ ਵਾਪਸ ਨਹੀਂ ਆਉਂਦਾ ਜੱਸੀ ਫਿਰ ਗੱਲ ਕਰਦੀ ਸੀ ਪਰ ਮੈਂ ਜੱਸੀ ਨੂੰ ਨਹੀਂ ਇਹ ਕਿਹਾ ਵੀ ਇੱਦਾਂ ਬੋਲਿਆ ਫੋਨ 'ਤੇ ਆਹ ਗੱਲ ਕਹਿ ਰਹੇ ਸੀ ਹਾਂ ਪਰ ਜੱਸੀ ਨੇ ਫੋਨ ਕੱਟ ਕੇ ਬਾਅਦ 'ਚ ਮੈਨੂੰ ਕਿਹਾ ਕਹਿੰਦੀ ਜੀ ਮਾਮਾ ਕੀ ਕਹਿੰਦੇ ਮੈਂ ਕੁਛ ਨਹੀਂ ਜੋ ਕਹਿਤਾ ਵਾ ਠੀਕ ਆ ਕਹਿੰਦੀ ਮਾਮਾ ਬਹੁਤ ਗੰਦਾ ਮੇਰਾ ਕਹਿੰਦੀ ਇਹ ਨਹੀਂ ਸਾਰਾ ਕੁਛ ਕਰਾਇਆ ਮੰਮੀ ਨੂੰ ਵੀ ਮਗਰ ਲਾਈ ਫਿਰਦਾ ਅਤੇ ਬਹੁਤ ਬੁਰਾ ਬੰਦਾ ਹੈ ਉਸ ਟਾਈਮ ਮੈਂ ਜੱਸੀ ਨੂੰ ਨਾ ਕਿਤੇ ਆਪਦੇ ਕੋਈ ਕੱਪੜੇ ਲੈਣ ਜਾਣਾ ਸੀ ਅਚਕਨ ਉਚਕਨ ਦੇਖਣਾ ਸੀਗਾ ਜੱਸੀ ਨੂੰ ਮੈਂ ਉਸ ਦਿਨ ਘਰ ਛੱਡ ਗਿਆ ਫਸਟ ਟਾਈਮ ਮੈਂ ਜਦੋਂ ਦੀ ਆਈ ਮੈਂ ਕਦੇ ਇਕੱਲੀ ਨਹੀਂ ਛੱਡੀ ਮੈਨੂੰ ਸ਼ਾਮਾਂ ਹੋ ਗਿਆ ਜੀ ਉੱਥੋਂ ਉਹਦੇ ਨੂੰ ਜੋ ਸ਼ਾਮ ਨੂੰ ਆਏ ਤਾਂ ਜੱਸੀ ਰੂਮ 'ਚ ਪਈ ਸੀ ਮੈਨੂੰ ਦੇਖ ਕੇ ਰੂਮ 'ਚ ਲਿਖੀ ਮੈਂ ਚਲਾ ਗਿਆ ਅੰਦਰ ਮੈਨੂੰ ਕਹਿੰਦੀ ਮੈਂ ਬੋਰ ਹੋ ਗਈ ਬਹੁਤ ਜ਼ਿਆਦਾ ਮੈਂ ਕੀ ਗੱਲ ਹੋ ਗਈ ਕਿਸੇ ਨੂੰ ਕੁਛ ਕਿਹਾ ਕਹਿੰਦੀ ਨੂੰ ਉਹਨੂੰ ਕਿਹਾ ਨਹੀਂ ਬਹੁਤ ਨਾਈਸ ਪਰ ਫੈਮਿਲੀ ਆ ਪਰ ਦਿਲ ਨਹੀਂ ਲੱਗਿਆ ਤੁਹਾਡੇ ਬਿਨਾਂ ਪਰ ਮੇਰਾ ਹੁਣ ਦਿਲ ਕਰਦਾ ਕਿਤੇ ਘੁੰਮਣ ਜਾਣ ਨੂੰ ਬਾਹਰ ਘੁੰਮਣ ਨੂੰ ਜਾਣ ਨੂੰ ਦਿਲ ਕਰਦਾ ਮੈਂ ਅਸੀਂ ਹੁਣ ਤਾਂ ਸ਼ਾਮਾਂ ਹੋ ਗਈਆਂ ਕੱਲ੍ਹ ਚੱਲੂਗੇ ਕਹਿੰਦੀ ਨੋ ਪਲੀਜ਼ ਲੈ ਕੇ ਚੱਲੋ ਮੈਂ ਜਾਣਾ ਘੁੰਮਣਾ ਚਾਹੁੰਦੀ ਹਾਂ ਮੈਂ ਕਿਹਾ ਚਲੋ ਠੀਕ ਆ ਚੱਲਦੇ ਹਾਂ ਕਹਿੰਦੀ ਇੱਕ ਹੋਰ ਆ ਗੱਡੀ 'ਤੇ ਨਹੀਂ ਜਾਣ ਦਾ ਮੈਂ ਕਿਉਂ ਕਹਿੰਦੀ ਨਹੀਂ ਬਾਈਕ 'ਤੇ ਦਿਲ ਕਰਦਾ ਜਿਵੇਂ ਇੱਧਰ ਇੰਡੀਆ ਦੇ ਵਿੱਚ ਮੁੰਡੇ ਕੁੜੀਆਂ ਇੱਦਾਂ ਘੁੰਮਦੇ ਆ ਨਾ ਚੂੜੇ ਪਾਏ ਹੁੰਦੇ ਇੱਦਾਂ ਹੱਥ ਪਾ ਕੇ ਬੈਠੀਆਂ ਹੁੰਦੀਆਂ ਉੱਦਾਂ ਬੈਠਣਾ ਮੰਗਦੀਆਂ ਮੈਂ ਜੱਸੀ ਯਾਰ ਵੀ ਹੁਣ ਤਾਂ ਸ਼ਾਮਾਂ ਦਾ ਟਾਈਮ ਆ ਘਰਦਿਆਂ ਨੇ ਵੀ ਮਾਮਾ ਜੀ ਉਹਨਾਂ ਨੇ ਜਾਣ ਦੇਣਾ ਆਪਾਂ ਪਲੀਜ਼ ਲੈ ਚਲੋ ਐਂ ਕਿਉਂ ਕਰ ਦਿਓ ਅਤੇ ਉਹ ਮੈਂ ਜੱਸੀ ਨੂੰ ਵੀ ਕਹਿਤਾ ਵੀ ਨਹੀਂ ਜੱਸੀ ਨਾਰਾਜ਼ ਹੋ ਕੇ ਪੈ ਗਈ ਬੈੱਡ 'ਤੇ ਪੈ ਗਈ ਮੇਰੇ ਨਾਲ ਗੱਲ ਨਹੀਂ ਕਰਦੀ ਜੀ ਫਿਰ ਮੈਂ ਉਠਾਇਆ ਮੈਂ ਜੱਸੀ ਕੀ ਗੱਲ ਆਪਦੇ ਆਪ ਹੀ ਮੇਰੇ ਦਿਮਾਗ 'ਚ ਆਇਆ ਮੈਂ ਯਾਰ ਇਹਨੇ ਕਹਿਣਾ ਮੈਂ ਕੈਨੇਡਾ ਛੱਡ ਕਿਹਦੇ ਕੋਲ ਆਈ ਹਾਂ ਇੱਕ ਉੱਥੇ ਤੀਕਰ ਨੀਂਦ ਲੈ ਕੇ ਜਾ ਰਿਹਾ ਮੈਨੂੰ ਮੈਂ ਚੱਲ ਉੱਠ ਚਲੀ ਬੜੀ ਖੁਸ਼ ਹੋ ਕੇ ਉੱਠ ਕੇ ਮੈਨੂੰ ਜੱਫੀ ਪਾ ਲਈ ਅਤੇ ਅਸੀਂ ਚਲੇ ਗਏ ਮਰੇ ਕੋਲੇ ਗਏ ਕਿੰਨੇ ਦੂਰ ਪੈਂਦਾ ਸੀ ਮਲੇ ਕੋਲ 7-8 ਕਿਲੋਮੀਟਰ ਹੈ ਜੀ ਉੱਥੋਂ ਬਸ ਜਾ ਅਤੇ ਉੱਥੇ ਜਾ ਕੇ ਜੀ ਥੋੜ੍ਹੀ ਬਹੁਤੀ ਜੀ ਨੇ ਸ਼ੋਪਿੰਗ ਕੀਤੀ ਕੋਈ ਜ਼ਿਆਦਾ ਨਹੀਂ ਮਾਮੂਲੀ ਜੀ ਲਿਪਸਟਿਕ ਵਗੈਰਾ ਥੋੜ੍ਹੀ ਜਿਹੀ ਲਈ ਫਿਰ ਅਸੀਂ ਜੀ ਕੈਫੇ 'ਚ ਚਲੇ ਗਏ ਉੱਥੇ ਖਾਣਾ ਖਾਧਾ ਪਰ ਜੱਸੀ ਖੁਸ਼ ਬਹੁਤ ਸੀ ਉਸ ਦਿਨ ਵੀ ਘੁੰਮ ਕੇ ਫਿਰ ਕੇ ਵੀ ਮੈਂ ਉੱਦਾਂ ਬੈਠੀ ਹਾਂ ਉਦੋਂ ਨੂੰ ਵਾਪਸ ਆਉਣ ਲੱਗੇ ਮੇਰਾ ਸਕੂਟਰ ਖਰਾਬ ਹੋ ਗਿਆ ਸਕੂਟਰ ਖਰਾਬ ਹੋਇਆ ਅਤੇ ਜੀ ਉੱਥੇ ਮੈਂ ਦੁਕਾਨ ਵਾਲੇ ਨੂੰ ਦਿਖਾਇਆ ਉਹਨੇ ਇੱਕ ਵਾਰੀ ਉਹ ਸਟਾਰਟ ਹੋ ਗਿਆ ਅਤੇ ਮੈਂ ਉਹਨੂੰ ਕਿਹਾ ਚੰਗੀ ਤਰ੍ਹਾਂ ਦੇਖਦੇ ਜਾ ਉਹ ਕਹਿੰਦਾ ਵੀ ਜੀ ਨਹੀਂ ਠੀਕ ਆ ਅੱਗੇ ਜਾ ਕੇ ਫਿਰ ਸਕੂਟਰ ਖਰਾਬ ਹੋ ਗਿਆ ਉੱਥੇ ਕੋਈ ਮੁੰਡੇ ਮੈਨੂੰ ਜਾਣਦੇ ਥੋੜ੍ਹੇ ਉਹ
ਆ ਗਏ ਕੋਲੇ ਕਹਿੰਦੇ ਬ੍ਰਦਰ ਤੂੰ ਇਦਾਂ ਕਰ ਵੀ ਗੱਡੀ ਲੈ ਜਾਂ ਇੱਥੇ ਰਹਿ ਲਾ ਵੀ ਭਾਬੀ ਨਾਲ ਆ ਬਾਹਰੋਂ ਆਇਆ ਵੀ ਰਾਹ 'ਤੇ ਵੀ ਪਤਾ ਨਹੀਂ ਹੁੰਦਾ ਹਨੇਰਾ ਹੋਇਆ ਮੈਂ ਕਿਹਾ ਚਲੋ ਇੱਥੇ ਰਹਿ ਪੈਂਦੇ ਹਾਂ ਨਾ ਜੱਸੀ ਕਹਿੰਦੀ ਨੋ ਮੇਰੇ ਕੋਲ ਨਾਈਟ ਸੂਟ ਨਹੀਂ ਉਹ ਮੈਂ ਚਲੋ ਯਾਰ ਮੈਂ ਨਹੀਂ ਬੀਜੀ ਤੁਸੀਂ ਸਕੂਟਰ ਦੇ ਠੀਕ ਕਰਾ ਦਿਓ ਪਰ ਉਹਨਾਂ ਨੇ ਉੱਦਾਂ ਹੀ ਜਿਵੇਂ ਰੋਕ ਕੇ ਕਿੱਕ ਮਾਰੀ ਸਟਾਰਟ ਹੋ ਗਿਆ ਸਕੂਟਰ ਅੱਗੇ ਆ ਕੇ ਫਿਰ ਤੀਜੀ ਵਾਰੀ ਖੜਿਆ ਸਕੂਟਰ ਉੱਥੇ ਦੁਕਾਨ ਵਾਲਾ ਸੀ ਇੱਕ ਉਹਨੂੰ ਦਿਖਾਇਆ ਮੈਂ ਵੀ ਥੋੜ੍ਹੀ ਦੂਰ ਤੱਕ ਟਰਾਈ ਲੈ ਆਈ ਉਹ ਦੂਰ ਤੱਕ ਕਾਫੀ ਗਿਆ ਟਰਾਈ ਲੈ ਕੇ ਉਹ ਕਹਿੰਦਾ ਨਹੀਂ ਵੀਰ ਜੀ ਕੋਈ ਪ੍ਰੋਬਲਮ ਨਹੀਂ ਠੀਕ ਆ ਚਲੋ ਜੀ ਅਸੀਂ ਚੱਲ ਪਏ ਇੱਕ ਨਾ ਮੇਰੇ ਪਿੱਛੇ ਸਕੂਟਰ ਸੀਗਾ ਉਹ ਜਦੋਂ ਮੇਰੇ ਕੋਲ ਦੀ ਲੰਘੇ ਬੜਾ ਧਿਆਨ ਨਾਲ ਦੇਖ ਕੇ ਲੰਘੇ ਮੈਨੂੰ ਇੱਕਦਮ ਸੱਕ ਜੀਤ ਆਈ ਫਿਰ ਮੈਂ ਕਿਹਾ ਯਾਰ ਉੱਦਾਂ ਹੀ ਮੁੜੀ ਰਹੂਗੀ ਉਹ ਮੇਰੇ ਅੱਗੇ ਅੱਗੇ ਸੀ ਮੈਂ ਉਹਨਾਂ ਦੇ ਪਿੱਛੇ ਸੀਗਾ ਕਿੰਨੇ ਜਣੇ ਸੀਗੇ ਉਸ ਸਕੂਟਰ ਉਹ ਦੋ ਜਣੇ ਸੀਗੇ ਉਸ ਸਕੂਟਰ 'ਤੇ ਕੀ ਏਜ ਸੀਗੀ ਉਮਰ ਉਮਰ ਆਹ ਜੰਗ ਉਮਰ ਦੀ ਸੀਗੀ ਆਈ 22-24-25 ਸਾਲ ਇੱਥੇ ਕਦੇ ਉਮਰ ਸੀ ਉਹ ਜਿਹਦੇ ਤਾਂ ਮੈਂ ਸਕੂਟਰ ਤੇਜ਼ ਕਰਦਾ ਸੀ ਉਹ ਵੀ ਅੱਗਿਓਂ ਤੇਜ਼ ਕਰ ਲੈਂਦੇ ਸੀ ਜਦੋਂ ਮੈਂ ਹੌਲੀ ਕਰਦਾ ਹੌਲੀ ਕਰ ਲੈਂਦੇ ਸੀ ਫਿਰ ਮੇਰੇ ਦਿਮਾਗ 'ਚ ਹੋਇਆ ਮੈਂ ਕਿਹਾ ਯਾਰ ਸੱਚੀ ਨਾ ਸਾਲੇ ਮੇਰੇ ਮਗਰ ਇੱਦਾਂ ਹੋਣ ਪਰ ਜਿੱਥੋਂ ਮੈਂ ਦਿਮਾਗ 'ਚ ਆਇਆ ਮੈਂ ਕਿਹਾ ਜੇ ਤਾਂ ਇਹ ਮੇਰੇ ਨਾਨਕਿਆਂ ਨੂੰ ਮੁੜ ਗਈ ਮੈਂ ਕਿਹਾ ਮੈਂ ਨਾਨਕੇ ਮੁੜਨੇ ਨਹੀਂ ਆ ਸਿੱਧਾ ਲੰਘ ਜਾਣਾ ਉਹ ਗਾਂਹ ਪਿੰਡ ਇੱਕ ਸੀਗਾ ਉੱਥੇ ਮੇਰਾ ਫਰੈਂਡ ਰਹਿੰਦਾ ਸੀ ਲਸੋਈ ਪਿੰਡ ਮੈਂ ਕਿਹਾ ਉੱਥੇ ਚੱਲ ਜਾਊਂਗਾ ਪਰ ਉਹ ਮੇਰੇ ਨਾਨਕੇ ਸਾਈਡ ਨਹੀਂ ਮੁੜੇ ਖਾਨਪੁਰ ਤੋਂ ਮੇਰੇ ਨਾਨਕੇ ਨੂੰ ਇੱਕ ਰੋਡ ਮੁੜਦਾ ਉਹ ਸਿੱਧਾ ਹੀ ਲੰਘੇ ਖੰਨੇ ਸਾਈਡ ਨੂੰ ਮੈਂ ਕਿਹਾ ਚਲੋ ਇਹ ਤਾਂ ਸਿੱਧੇ ਗਏ ਮੈਂ ਉੱਧਰੋਂ ਮੁੜ ਪਿਆ ਸਾਹਮਣੇ ਉਹ ਲਾਈਟ ਪਈ ਸਕੂਟਰ ਦੀ ਮੈਨੂੰ ਇੱਕ ਗੱਡੀ ਨਾਲੇ 'ਤੇ ਖੜੀ ਦਿਖੀ ਮਰੂਤੀ ਕਾਰ ਦੂਰੋਂ ਦੇ ਕੇ ਮਰੂਤੀ ਕਾਰ ਖੜੀ ਆ ਜੇਕਰ ਮੇਰੇ ਉਹ ਕਾਰ ਅੱਗੇ ਜਾ ਕੇ ਖੜਦੀ ਜਾਂ ਉਹਦੇ ਕੋਲ ਕੋਈ ਬੰਦੇ ਫਿਰਦੇ ਹੁੰਦੇ ਖਸਮ ਲੱਗੇ ਮੈਂ ਨਹੀਂ ਉੱਥੋਂ ਲੰਘਣਾ ਸੀਗਾ ਕਿਉਂਕਿ ਮੈਨੂੰ ਇੱਦਾਂ ਇਹਨਾਂ ਦਾ ਨਹੀਂ ਸੀ ਵੀ ਇਹਨੂੰ ਮਰਾਉਣ ਮੂਣ ਦੀ ਹੋਊਗਾ ਮੈਨੂੰ ਇੱਦਾਂ ਹੁਣ ਵੀ ਕੋਈ ਲੁੱਟ ਖੋਹ ਵਾਲਾ ਨਾ ਹੋਵੇ ਕੋਈ ਮੁੰਡੇ ਮੇਰੇ ਖੜੇ ਮੈਂ ਜ਼ਬਰਦਸਤੀ ਨਾ ਕਰ ਮੇਰੇ ਪਰ ਨਹੀਂ ਕੋਈ ਦਿਖਿਆ ਅਸੀਂ ਗੱਲਾਂ ਹੀ ਕਰਦੇ ਜਾਂਦੇ ਹਾਂ ਵੀ ਅਸੀਂ ਕਹਿੰਦੇ ਜਿੱਦਾਂ ਆਪਣੀ ਬਾਈਕ ਖਰਾਬ ਹੋ ਗਈ ਸੀ ਨਾ ਵੀ ਇਹ ਗੱਡੀ ਵੀ ਇੱਦਾਂ ਕੋਈ ਖਰਾਬ ਹੋਈ ਲੱਗਦੀ ਆ ਵੀ ਖਾਲੀ ਲੇਡੀਜ਼ ਹੋਣਗੇ ਕਿੰਨੇ ਹੈ ਨਾ ਔਖਾ ਮੁਸ਼ਕਲ ਹੋ ਗਈ ਉਦੋਂ ਨੂੰ ਅਸੀਂ ਥੋੜ੍ਹੇ ਨਜ਼ਦੀਕ ਪਹੁੰਚ ਗਏ ਜੀ ਇੱਕਦਮ ਦੋ ਬੰਦੇ ਉੱਥੋਂ ਨਿਕਲੇ ਜਿਵੇਂ ਕਿ ਸੇਮ 'ਚੋਂ ਨਾਲੇ 'ਚੋਂ ਨਿਕਲ ਦਿੰਦੇ ਆ ਉਹ ਮੇਰੇ ਸਾਈਡ ਤੁਰ ਪਏ ਜੋ ਨਾਲ ਦੇਖਿਆ ਵੀ ਬੰਦੇ ਤੁਰੇ ਆਉਂਦੇ ਆ ਮੈਂ ਅੱਗੇ ਝਾਕਿਆ ਤਿੰਨ ਚਾਰ ਬੰਦੇ ਹੋਰ ਦੇਖੇ ਮੈਨੂੰ ਗੱਡੀ ਕੋਲੇ ਖੜ੍ਹੇ ਮੇਰਾ ਇੱਕਦਮ ਦਿਮਾਗ 'ਤੇ ਹੋਰ ਕੁਛ ਹੋ ਗਿਆ ਮੈਂ ਕਿਹਾ ਵੀ ਇੱਕਦਮ ਕਿਵੇਂ ਕਿੱਥੋਂ ਆ ਗਏ ਬੰਦੇ ਉਦੋਂ ਉਹਨਾਂ ਦੇ ਨਜ਼ਦੀਕ ਪਹੁੰਚੇ ਉਹਨਾਂ ਨੇ ਇੱਕਦਮ ਇੱਦਾਂ ਪਤਾ ਨਹੀਂ ਬਾਹਰ ਕਰਤਾ ਮੇਰੇ 'ਤੇ ਹਾਕੀ ਸੀ ਕਿਰਪਾਨ ਸੀ ਕੁਛ ਵੀ ਸੀ ਉਹ ਮੇਰੇ ਮੂਹਰੇ ਆਉਂਦੇ ਦੇਖ ਮੈਨੂੰ ਦੇਖ ਗਿਆ ਮੈਂ ਇੱਦਾਂ ਨੀਚੇ ਝੁੱਕ ਗਿਆ ਜੀ ਉੱਪਰ ਦੀ ਲੰਘ ਕੇ ਹੱਕ ਜੱਸੀ ਦੇ ਇੱਥੇ ਵੱਜਿਆ ਬਸ ਹਾਕੀ ਲੱਗੀ ਪਤਾ ਨਹੀਂ ਕੀ ਲੱਗਿਆ ਉਹਦੀ ਜੋ ਵੀ ਇਹਨਾਂ ਨੇ ਕੋਈ ਵੀ ਰੋਡ ਟਾਈਪ ਜਾਂ ਕੋਈ ਡੰਡਾ ਟਾਈਪ ਸੀ ਹਾਂਜੀ ਜੱਸੀ ਸਕੂਟਰ ਤੋਂ ਚੀਕ ਬਹੁਤ ਉੱਚੀ ਵੱਜੀ ਤੁਹਾਨੂੰ ਡਿੱਗ ਪਈ ਮੈਂ ਇੱਦਾਂ ਹੀ ਚੱਲਦੇ ਸਕੂਟਰ 'ਚ ਉੱਤਰ ਗਿਆ ਜੀ ਸਕੂਟਰ ਸੜਤਾ ਉੱਤਰ ਕੇ ਮੈਂ ਭੱਜ ਕੇ ਇੱਦਾਂ ਜੱਸੀ ਦੇ ਹੱਥ 'ਚ ਹੱਥ ਪਾਇਆ ਮੈਂ ਜੱਸ ਠੀਕ ਹਾਂ ਉਹ ਕਹਿੰਦਾ ਓਕੇ ਇੱਦਾਂ ਹੀ ਗਿਆ ਉਸ ਟਾਈਮ 'ਚ ਮੇਰੇ ਪਿੱਛੇ ਦੀ ਉਹ ਬੰਦੇ ਮਾਰਨ ਲੱਗ ਗਏ ਜੋ ਵੀ ਇਹਨਾਂ ਕੋਲ ਸਮਾਨ ਸੀ ਮੈਂ ਇੱਦਾਂ ਘੁੰਮਿਆ ਘੁੰਮ ਕੇ ਥੋੜ੍ਹਾ ਮੁਕਾਬਲਾ ਤਾਂ ਕੀਤਾ ਮੈਂ ਇਹਨਾਂ ਨਾਲ ਪਰ ਜਦੋਂ ਮੈਂ ਇੱਦਾਂ ਉਹਨਾਂ ਨੇ ਕਿਰਪਾਨ ਸੀ ਮੇਰੇ ਖਿਆਲ ਜਦੋਂ ਮਾਰੀ ਇੱਦਾਂ ਪਕੜੀ ਮੇਰੀ ਆਹ ਉਂਗਲ ਇੱਦਾਂ ਹੱਥ ਕੱਟ ਹੋ ਗਿਆ ਜੀ ਇੱਦਾਂ ਮੈਂ ਪਕੜੀ ਮੈਨੂੰ ਨਾ ਮਹਿਸੂਸ ਹੋਇਆ ਵੀ ਮੇਰਾ ਕੁਛ ਕੱਟ ਹੋ ਗਿਆ ਲੱਗਿਆ ਮੈਨੂੰ ਦਿਮਾਗ 'ਚ ਇੱਕਦਮ ਅਤੇ ਆਹ ਹੱਥ ਮੇਰਾ ਇੱਦਾਂ ਲੰਬ ਗਿਆ ਨਾਲ ਇਹ ਸਾਰਾ ਉਸੇ ਟਾਈਮ ਦਾ ਹਾਂਜੀ ਉਸੇ ਟਾਈਮ 'ਚ ਇੱਥਾਂ ਉਂਗਲੀ ਕੱਟ ਕੇ ਨੀਚੇ ਡਿੱਗ ਪਈ ਸੀ ਮੇਰੀ ਅਤੇ ਉਸ ਤੋਂ ਬਾਅਦ ਜੇ ਜ਼ਿਆਦਾ ਮਾਰਨ ਲੱਗ ਗਏ ਮੇਰੀ ਲੱਤਾਂ 'ਤੇ ਮਾਰਨ ਲੱਗ ਗਏ ਇੱਥੇ ਵੀ ਕਿਰਪਾਨਾਂ ਕਿਰਪੂਨ ਲੱਗੀਆਂ ਮੋਢਿਆਂ 'ਤੇ ਵੀ ਸੀਗੀਆਂ ਆਹ ਸਿਰ 'ਚ ਬਹੁਤ ਜ਼ਿਆਦਾ ਮੈਂ ਨੀਚੇ ਡਿੱਗ ਪਿਆ ਜੀ ਇੱਦਾਂ ਮੁੰਦਾ ਡਿੱਗਿਆ ਉੱਪਰ ਦੀ ਮੇਰੇ ਮਾਰੀ ਗਏ ਮਾਰੀ ਜਾਂਦੇ ਆ ਇਹ ਫਿਰ ਮੈਨੂੰ ਇੱਦਾਂ ਥੋੜ੍ਹਾ ਦਿਖਦਾ ਇੱਦਾਂ ਪਿਆ ਸੀ ਮੈਂ ਧੁੰਦਲਾ ਧੁੰਦਲਾ ਦਿਖਦਾ ਸੀ ਮੈਨੂੰ ਵੀ ਜੱਸੀ ਜਿਵੇਂ ਇੱਕ ਜਾਂ ਦੋ ਬੰਦਿਆਂ ਦੀ ਫੜੀ ਹੁੰਦੀ ਆ ਵੀ ਉਹ ਰੌਲਾ ਪਾਉਂਦੀ ਪਈ ਆ ਵੀ ਪਲੀਜ਼ ਨਾ ਮਾਰੋ ਨਾ ਮਾਰੋ ਪਲੀਜ਼ ਮਿੱਠੂ ਠੀਕ ਆ ਹੈਲਪ ਕਰੋ ਇੱਦਾਂ ਦੀ ਬਾਜਾਂ ਉਹ ਉੱਚੀ ਉੱਚੀ ਰੌਲਾ ਪਾਉਂਦੀ ਸੀ ਉਸ ਤੋਂ ਬਾਅਦ ਮੈਨੂੰ ਦਿਖਣਾ ਬੰਦ ਹੋ ਗਈ ਥੋੜ੍ਹਾ ਟਾਈਮ ਬਾਅਦ 'ਚ ਮੈਨੂੰ ਫਿਰ ਉੱਦਾਂ ਹੀ ਜੱਸੀ ਦੀਆਂ ਆਵਾਜ਼ਾਂ ਪਈਆਂ ਕੰਨਾਂ ਦੇ ਵਿੱਚ ਜਿਵੇਂ ਉਹ ਕਹਿੰਦੀ ਹੁੰਦੀ ਵੀ ਨਾ ਮਾਰੋ ਮਿੱਠੂ ਮਿੱਠੂ ਮੈਂ ਥੋੜ੍ਹਾ ਉੱਠ ਕੇ ਕੋਸ਼ਿਸ਼ ਕੀਤੀ ਇੱਦਾਂ ਉੱਠਣ ਦੀ ਉੱਠ ਕੇ ਮੈਂ ਇੱਦਾਂ ਬੈਠਿਆ ਹੱਥ ਚੁੱਕਿਆ ਮੇਰਾ ਨਾ ਹੱਥ ਸਾਈਡ 'ਤੇ ਇੱਦਾਂ ਜਿਵੇਂ ਇੱਦਾਂ ਰੱਖ ਕੇ ਬੈਠ ਕੇ ਇੱਦਾਂ ਕਰਕੇ ਹੱਥ 'ਤੇ ਚਲਾ ਗਏ ਉਦੋਂ ਮੇਰੇ ਤੋਂ ਟਾਰਚ ਵੱਜੀ ਇੱਕ ਉਹ ਮਜ਼ਦੂਰ ਸੀਗੇ ਭਈਏ ਸੀਗੇ ਉਹ ਮੇਰੇ ਕੋਲ ਆ ਗਏ ਸਰਦਾਰ ਜੀ ਕਿਆ ਬਾਤ ਹੋ ਗਈ ਮੈਂ ਕਿਹਾ ਯਾਰ ਐਕਸੀਡੈਂਟ ਹੋ ਗਿਆ ਮੇਰਾ ਮੇਰੇ ਕੋਈ ਨਾਲ ਸੀ ਇੱਥੇ ਕੋਈ ਹੈਗਾ ਉਹ ਕਹਿੰਦੇ ਸਕੂਟਰ ਡਿੱਗਿਆ ਪਿਆ ਸਕੂਟਰ ਹੈਗਾ ਕੋਈ ਹੈ ਨਹੀਂ ਉਹ ਮੈਨੂੰ ਕਹਿੰਦੇ ਕਿੱਥੇ ਜਾਣਾ ਕੀ ਨਾ ਉਹ ਮੈਂ ਕਿਹਾ ਯਾਰ ਮੈਂ ਇੱਦਾਂ ਕਰਕੇ ਨਾਰੀ ਕੇ ਜਾਣਾ ਮੇਰੇ ਮਾਮੇ ਦਾ ਨਾਮ ਸੁਖਦੇਵ ਸਿੰਘ ਉਹਨਾਂ ਦੇ ਘਰ ਜਾਣਾ ਮੈਂ ਕਿਹਾ ਮੈਨੂੰ ਛੱਡ ਆਉਂਗੇ ਉਹ ਕਹਿੰਦੇ ਹਾਂ ਸਰਦਾਰ ਜੀ ਚਲੋ
उन्होंने मैं इदा हाथ पा के उठा लिया। मेरे एकदम दिमाग चो आया, मेरे ब्लड बहुत खून बहुत वगदा पे सिर चो, कहते सैकल पर बैठ जा। मैं यार मेरे दिमाग चाह मैं सैकल पर बैठूँगा, 2-2.5 किलोमीटर अंदाजा सी मैनू उतों हैगा सी मेरा पिंड। मैं कहा मेरा ब्लड निकल जाना, मेरे तो नहीं पहुँच होना, रात से रहूँगा भी घर दे दस नहीं होना, दिमाग इदा माड़ा आया। मैं यार तुम स्कूटर चक लो, वह कहते स्कूटर चलाना नहीं आता। मैं एक नूं कहा, मैं कहा तू एक जना छड़ दो, एक जना स्कूटर चको, मैं तुहानूं दस दा। चलो जी उन्हें स्कूटर चक्या, भाई ने स्कूटर मेरे कोल जी कर लिया, रोड ते आ गए सी। वह मैं एक हाथ ना फड़ के दूँ आस वो गेयर जहा करता था। मैं उन्होंने फिर क्या इन किक मार दे, उन्हें किक मार दी। वो कहते सरदार जी सानू नहीं चलाना आता। मैं कोई गल नहीं, मैंने उपर बिठा दो जी, क्योंकि मैं खेडता कबड्डी सी वह करके थोड़ी बॉडी ताकत सी। मैं उस स्कूटर पर बैठ गया जी, उमें गेयर पै गया, मेरे तो पता नहीं गेयर पहला पिया दूजा पिया, इदा मेरा मूँह उत्ते टह गया हैंडल पर। उस तरह मैं हौली हौली मामे के घर के लागे आ गया। दो किलोमीटर स्कूटर ले, हाँ 2-2.5 किलोमीटर स्कूटर ले गया। रास्ता भी बड़ा खराब सी जी, जस्सी नू कोई बंदे ने 5-7 बंदे चुक के लै गए मरुती कार है ना, वो फार्म तेल जाके शायद उत्थे मर्डर किया, बाद डेड बॉडी होर कितने सट दी। मैनू जस्सी की मर्डर बारे नहीं पता जी, मैं तो 1.5-2 महीने बाद दसिया घर ने हॉस्पिटल के बच्चे भी इदा करके। आ गए उत्थे नज़दीक, मेरे तो मोट स्कूटर डिग गया। मामा जी हुणी मेरे को भज के आ गए, काफ़ी बंदे खड़े हुए जी। मैनू कहते मिठू की होया, मैं कहा मामा जी मैं ठीक हाँ। जस्सी नू कोई बंदे ने 5-7 बंदे चुक के लै गए मरुती कार है ना, वो DLC नंबर आ। मैं नंबर देखा नीचे वाला नंबर नहीं मैनू पता कि, मैं कहा मामा जी तुसीं उहनू लभ लो, मैं ठीक हाँ। उस तो बाद जी मैं बेसुरत हो गया, फिर तो महीने 20-25 दिन बाद सुरता ही। मैनू जस्सी की मर्डर बारे नहीं पता जी, मैं तो 1.5-2 महीने बाद दसिया घर ने हॉस्पिटल के बच्चे भी इदा करके आ कुछ हो गया, बड़े हालात भी खराब। जस्सी का मर्डर किस तरह किया गया फिर थोड़ा अलग करके, उस तो बाद की होया की पता लगा थोड़ा बाद? देखो जी जिमें करे मैं पुलिस ने दसिया बाद, वो भी मैं 2-3 साल बाद पुलिस ने, मैनू नहीं दसता जी कोई भी किदा होया, पुछदा मैं हर कोई सी पर नहीं कोई दसता जी। फिर SP साहब ने सुमार सिंह खन्ना ने मैनू दसिया, कहिंदा मिठू तेरे कोल उहनू चुक के लै गए, ये जाके वह नैल कुमार जिहड़ा सीगा जिहड़ा मेरे सट्टा मार के गया, भी उहने इहदे मामे नाल गल कीती फोन ते भी मिठू तां मारता भी कुड़ी जिहड़े जिन्हां ने तुहाडे रिलेटिव ने लैण आउणा आ के जल्दी लै जाणा। भी उह मामे ने उहदे ने भी दुबारे फोन करके इहनू पुछ लिया भी कुड़ी कित्थे, उह कहिंदा भी जस्सी तां गड्डी 'च ही आ। मामा तो कहते सामने क्यों गल की थी भी हूँ तो यह पुलिस को दसूगी। यानी जेडे तुहाडे ते हमला करके जस्सी नूं तुहाडे कोलों लै गए, उन्होंने जस्सी के सामने ही उहदे मामे नाल कैनेडा गल की थी? जाते जाते ना रास्ते जी, वो भी मामा कहता मिठू तो मराता तेरा आसक ज कुछ भी इदा बोलिया लौंग भी तू अपने कोई रिलेटिव आदि वह आ जा। कहती नहीं मामा जी भी तू बहुत गलत किया, मैं मेरी पुलिस को दसूँगी। फिर वो बंदे इन्हों को सुरजीत बदेसा जी कहता इन्हू मार दो, कुड़ी भी मार दो। हाँ जी, पर यह बंद ने उसकी मम्मी ने भी गल की, फिर जस्सी की भी मम्मी ने गल कराई आ, जिमें कि पुलिस ने तफतीस की उस हिसाब नाल। फिर मम्मी ने भी इन्हें गल की, मैं पुलिस को दसूँगी भी जब मम्मी मैनू भी मरा दी, फिर जी वो मराता था बस उन्होंने जी मरन इदा मटर कराता। फिर जस्सी भी उत्थे कतल कर दिता गया? नहीं गांह जोगिंदर इंस्पैक्टर ने जिन्हें सिफारी ले सी मेरी, वह एक फार्म हाउस उत्थे कब्जा किया हुआ कि यदि पैली नपी हुई नल और नैल आसमनी नल की, वो फार्म तेल जाके शायद उत्थे मर्डर किया, बाद डेड बॉडी होर कितने सट दी। डेड बॉडी मिल गई सी जी? डेड बॉडी मिल गई सर मेरे रिश्ते हाँ फैमिली वाले मामा जी उन्होंने, अगले दिन पेपर च न्यूज़ लगी हुई सी, वो एक शक के आधार से उत्थे देखने चले गए भी इन्हें जाके डेड बॉडी पहचान ली। कुछ पता मैनू यह भी लग्या भी पुलिस ने उन्होंने बहर कनैक्ट किया, संगरूर पुलिस ने डेड बॉडी ले भी जस्सी की भी उन्होंने मना करता से अभी बॉडी नहीं लैनी गई पुलिस के तबदीज के कहने मुताबिक। मैं सुन दस फिर मेरी फैमिली ने तो पहले ही बॉडी ले ली सी, फिर मेरे नानके पिंड संस्कार करता जी जस्सी। उस तो बाद फिर मैं 2.5 महीने बाद जाके वो आरसियां पा के आ करतारपुर साहब,
आप हद 18 साल फिर किवें गुजरे? 2000 च मर्डर हो गया, उस तो बाद वो लोग फड़े गए जिन्होंने सुपारी ली सी। देखो जी वो हाँ जी बहुत जल्दी ट्रेस हो गया जी केस, क्योंकि केस के ऑफिसर बहुत वधिया मिले मैनू जिहड़ी केस नू तब्दीस कर दी सी। उस टाइम औलख साहब सीगे SSP साहब, तो DSP सी राजभचन सिंह जी मेरे कोले लगे, स्वरणजीत खन्ना उदों इंस्पैक्टर सी, हुण SPD लगे ने, वो IU सीगे। बड़े वधिया नेक अफसर सीगे जी, मेरे तो चाह का कप तक नहीं पीता उन्होंने, मेरी हैल्प ही की है उन्होंने, सारा केस ट्रेस कर लिया। तो किन्ने बंद सज़ा हुई उस जी? एक कुल 13 बंदे सी, 13 जो हमला होया। हाँ जी, मतलब सारे जिन्हें गल कराई जी साजिश जी जी, उहदे विचों दूसरे 11 बंदे नूं सज़ा हो गई सी। उस तो बाद कुछ हाई कोर्ट तो बरी हो गए, कुछ सुप्रीम कोर्ट तो बरी हो गए, वह बंदे भी हुण बाहर फिरदे आ जी घूमदे। डर तो मैनूं उन्हां तों वी रहिंदा भी उधरली पुलिस ने बहुत वधिया मेरी मदद की, गवर्नमेंट ने भी, पुलिस ने भी, अपनी पुलिस ने बहुत वधिया मदद की, पर मैनू जगराओं पुलिस ने बहुत तंग परेशान किया। ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਇਹਨਾਂ ਨੇ। ਕਿੰਨੇ ਕੇਸ ਦਰਜ ਕੀਤੇ ਤੁਹਾਡੇ? 6 ਪਰਚੇ ਦਰਜ ਕੀਤੇ ਜੀ ਇਹਨਾਂ ਨੇ। ਕਿਸ ਚੀਜ਼ ਦੇ? ਕੋਈ ਦਾਰੂ ਦਾ ਕਰਤਾ ਜੀ, ਕੋਈ ਪਤਾ ਨਹੀਂ ਚਿੱਟਾ ਖਾਣੀ ਸਮੈਕ ਇੱਦਾਂ ਦੇ ਕੁਛ ਕੈਮੀਕੂਮੀਕਲ। ਕੌਣ ਕਰਵਾਉਂਦਾ ਸੀ, ਕਿਉਂ ਕਰਵਾਉਂਦਾ? ਸਾਰੇ ਬੰਦਿਆਂ ਨੂੰ ਪਹਿਲਾਂ ਰੇਪ ਦਾ ਪਰਚਾ ਦਰਜ ਕਰਾਇਆ ਮੇਰੇ ਪਿੰਡ, ਉਹਨਾਂ ਨੇ 2.5 ਲੱਖ ਰੁਪਇਆ ਜਾਂ ਇਨਕੁਆਇਰੀ ਕੀਤੀ ਆ ਵੀ ਮੇਰੇ ਪਿੰਡ ਜਾ ਕੇ ਵੇਚ ਸਕ। ਉਹ ਗਰੀਬ ਘਰ ਦੀ ਕੁੜੀ ਸੀ, ਮੈਂ ਮੈਂਬਰ ਪੰਚਾਇਤ ਸੀ ਉਸ ਟਾਈਮ 'ਚ, ਮੇਰੇ ਨਾਲ ਗਨਮੈਨ ਚੱਲਦੇ ਪਏ ਸੀ। ਜਦੋਂ ਮੇਰੇ 'ਤੇ ਪਰਚਾ ਦਰਜ ਹੋਇਆ ਮੈਨੂੰ ਸੱਦ ਕੇ ਚੌਂਕੀ ਦੇ ਵਿੱਚ ਇਹਨਾਂ ਨੇ, ਪੁਲਿਸ ਨੇ ਪਰਚਾ ਦਰਜ ਕਰਤਾ ਜੀ। ਮੇਰੇ ਗਨਮੈਨਾਂ ਨੂੰ ਕਿਤੇ ਪੁੱਛਿਆ ਗਿਆ ਨਾ, ਕਿਸੇ ਜੱਜ ਨੇ ਪੁੱਛਿਆ ਨਾ ਕਿਸੇ ਪੁਲਿਸ ਨੇ ਪੁੱਛਿਆ। ਸਕਿਉਰਟੀ ਸੀ 24 ਘੰਟੇ ਮੇਰੇ ਨਾਲ ਚੱਲਦੀ ਸੀ, ਮੈਂ ਉਹਨਾਂ ਤੋਂ ਬਿਨਾਂ ਤਾਂ ਉੱਥੇ ਤੱਕ ਨਹੀਂ ਜਾਂਦਾ ਸੀਗਾ ਜੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਕੁਛ, ਸਾਰੀ ਮਿਲੀ ਭੁਗਤ ਨਾਲ ਸਾਰਾ ਕੁਛ ਹੋ ਗਿਆ ਜੀ। ਕੌਣ ਕਰਾ ਰਿਹਾ ਸੀ ਪਿੱਛੇ? ਕੌਣ? ਸਰਜੀਤ ਸਿੰਘ ਵਧੇਸਾ ਜੀ, ਮਲਕੀਤ ਕੌਰ ਦੋਵੇਂ। ਉਹਦਾ ਉਹਦਾ ਕੈਨੇਡਾ ਤੋਂ ਇੰਨਾ ਇਨਫਲੂਐਂਸ ਕਿਵੇਂ ਸੀ ਪੰਜਾਬ ਪੁਲਿਸ 'ਤੇ? ਦੇਖੋ ਜੀ, ਉਹਦੇ ਜੋ ਕੁਛ ਰਿਸ਼ਤੇਦਾਰ ਸੀ ਇੱਧਰ, ਉਹ ਵਿੱਚ ਸ਼ਾਮਲ ਸੀਗੇ। ਕੁਛ ਉਹ ਫੋਨ ਡਿਟੇਲ ਸਿੱਧੀ ਗੱਲ ਕਰਦਾ ਜੀ ਪੁਲਿਸ ਨਾਲ। ਕਦੀ ਤੁਸੀਂ ਸੀਨੀਅਰ ਅਫਸਰਾਂ ਨੂੰ ਸ਼ਿਕਾਇਤ ਨਹੀਂ ਕੀਤੀ ਕਿ ਵੀ ਇਸ ਮਰਡਰ ਤੋਂ ਬਾਅਦ ਮੇਰੇ ਖਿਲਾਫ਼ ਕੇਸਿਸ ਦਰਜ ਹੋ ਰਹੇ? ਸਰ ਜੀ, ਮੇਰੀ ਕੋਈ ਸੁਣਦਾ ਹੀ ਨਹੀਂ ਸੀ। ਗ੍ਰਿਫਤਾਰੀ ਵੀ ਹੋਈ ਤੁਹਾਡੀ ਫਿਰ? ਹਾਂਜੀ, ਮੈਂ 2 ਸਾਲ ਜੇਲ੍ਹ 'ਚ ਕੱਟੇ ਜੀ, ਬਾਅਦ 'ਚ ਮੈਂ ਬਰੀ ਹੋ ਗਏ ਹਾਂ। ਉਹ ਮੈਡੀਕਲ ਰਿਪੋਰਟਾਂ ਆਈਆਂ, ਉਹਦੇ ਵਿੱਚ ਕੋਈ ਰੇਪ ਨਹੀਂ ਆਇਆ, ਕਿਉਂਕਿ ਰੇਪ ਵਾਲਾ ਕੋਈ ਚਾਂਸ ਹੀ ਨਹੀਂ ਸੀ, ਮੈਂ ਕੀਤੇ ਨਹੀਂ ਸੀ ਕੁਛ ਇੱਦਾਂ ਦਾ। ਆ ਕੇ ਮੈਨੂੰ ਪੁਲਿਸ ਨੇ ਸੱਦਿਆ ਚੌਂਕੀ ਦੇ ਵਿੱਚ, ਮੇਰੇ 'ਤੇ ਇੱਕ ਡਕੈਤੀ ਦਾ ਕੇਸ ਪਤਾ ਜੀ। ਕਾਹਦੀ ਡਕੈਤੀ? ਵੀ ਉਹ ਪਿੰਡ ਇਹਨਾਂ ਦੇ ਵਿਦੇਸ਼ਿਆਂ ਦੇ ਇੱਕ ਘਰ ਦੇ ਵਿੱਚੋਂ ਹੀ, ਵਿਦੇਸ਼ਿਆ ਮੇਰੇ ਪਿੰਡ, ਉਹਨਾਂ ਦਾ ਹੀ ਪ੍ਰਾਹੁਣਾ ਸੀ ਇਹਨਾਂ ਦਾ, ਕੋਈ ਗਾਂਧੀ ਦਾ ਘਰਾਂ ਦੇ ਵਿੱਚੋਂ, ਉਹਨੇ FIA ਦਰਜ ਕਰਾਤੀ। ਮੈਂ ਰਸਤੇ 'ਚ ਆ ਰਿਹਾ ਸੀ, ਮਿੱਠੂ ਨੇ ਘੇਰ ਕੇ ਮੇਰੀ ਲੁੱਟ ਖੋਹ ਕੀਤੀ, ਉਹ ਵੀ ਕੇਸ ਮੇਰਾ ਬਰੀ ਹੋ ਗਿਆ ਜੀ ਥੱਲੇ। ਮੇਰਾ ਭਰਾ ਵੀ ਉਹ 'ਚ ਪਾਤਾ, ਮੇਰੇ ਫਰੈਂਡ ਵੀ ਉਹ 'ਚ ਪਾਤੇ। ਕੋਈ 21 ਅਫਸਰ ਕਰ ਰਿਹਾ ਸੀ ਜਾਂ ਵੱਖਰੇ ਵੱਖਰੇ ਅਫਸਰ? ਵੱਖਰੇ ਵੱਖਰੇ, ਕੁਛ ਸਾਰੇ ਅਫਸਰ ਤਾਂ ਨਹੀਂ ਇੱਕੋ ਜਿਹੇ ਵਿੱਚ, ਹੁਣ ਵੀ 1-2 ਅਫਸਰ ਹੈਗੇ ਜੀ ਜਗਰਾਓਂ ਦੇ ਵਿੱਚ ਜਿਹੜੇ ਮੈਨੂੰ ਬਹੁਤ ਪਰੇਸ਼ਾਨ ਕਰਦੇ। ਹੁਣ ਕਿਉਂ ਪਰੇਸ਼ਾਨ ਕਰਦੇ? ਹੁਣ ਵੀ ਇਹੀ ਕਰਦੇ ਸੀਗੇ, ਜਦੋਂ ਵੀ ਕੈਨੇਡਾ ਦੇ ਵਿੱਚੋਂ ਇਹਨਾਂ ਨੂੰ ਇੱਧਰ ਆਉਣ ਦੀ ਕੋਈ ਖਬਰ ਲੱਗਦੀ ਸੀ, ਉਸ ਤੋਂ ਬਾਅਦ 'ਚ ਜੀ ਇਹ ਉਹਦੀ ਮੈਨੂੰ ਚੌਂਕੀ 'ਚ ਸੱਦੇ ਜੀ। ਪਰ ਉਹ ਤਾਂ ਜੇਲ੍ਹ 'ਚ ਸੀ ਕੈਨੇਡਾ 'ਚ, ਸੁਰਜੀਤ ਸਿੰਘ ਉਹਦਾ ਜੱਸੀ ਦਾ ਮਾਮਾ ਅਤੇ ਮਾਂ, ਅਤੇ ਉਹ ਤਾਂ ਜੇਲ੍ਹ 'ਚ ਸੀਗੇ ਕੈਨੇਡਾ। ਬਾਕੀ ਤਾਂ ਇੱਧਰ ਬਾਹਰ ਆ ਗਏ ਨੇ, ਜਿਹੜੀ ਸਜ਼ਾ ਕੱਟ ਕੇ ਬਾਹਰ ਆ ਗਈ ਉਹ ਸਾਸਰ ਰਹੇ ਸੀਗੇ ਜਿਹੜੇ ਬੰਦੇ। ਉਹ ਦਰਸ਼ਨ ਸਿੰਘ ਸੀਮੈਂਟ ਵਾਲਾ, ਹਰਦੇਵ ਸਿੰਘ ਮਿੰਟੂ ਆ, ਇਹਦਾ ਕਜ਼ਨ ਹੀ ਆ। ਹੁਣ ਮੈਨੂੰ ਜਦੋਂ ਵੀ ਬੁਲਾਉਂਦੇ ਜੀ ਚੌਂਕੀ ਦੇ ਵਿੱਚ, ਕਹਿੰਦੇ ਤਾਂ ਇਹੀ ਹੁੰਦੇ ਸੀ, ਮਿੱਠੂ ਸੰਗਰੂਰ ਤੋਂ ਵਾਇਰਲੈਸ ਆਈ ਆ, ਤੇਰੇ ਸੰਬੰਧ ਦੇ ਵਿੱਚ ਕੋਈ ਗੱਲ ਕਰਨੀ। ਮੈਨੂੰ ਪੁਲਿਸ ਇਹ ਕਹਿੰਦੀ ਸੀ ਸੱਦ ਕੇ ਚੌਂਕੀ 'ਚ ਵੀ, ਮਿੱਠੂ ਯਾਰ ਤੂੰ ਉਹਨਾਂ ਨਾਲ ਕੰਪਰੋ ਕਰ, ਨਾਲੇ 4 ਪੈਸੇ ਤੂੰ ਬਣਾ ਲਾ, ਨਾਲੇ 4 ਸਾਨੂੰ ਬਣਦੇ ਆ। ਨਹੀਂ ਯਾਰ, ਮਜ਼ਬੂਰੀ ਕਰਨ ਤੇਰੇ ਨਾਲ ਸਾਡਾ ਬੋਲਚਾਲ ਵੀ ਹੈਗੀ ਆ, ਸਾਨੂੰ ਪਰਚਾ ਦੇਣਾ ਪੈਣਾ। ਮੈਂ ਹੋਰ ਸਮਾਂ ਸਰ ਜੀ ਇਹ ਕੀ ਕਰ ਰਹੇ ਹੋ ਯਾਰ ਤੁਸੀਂ? ਉਹ ਵੀ ਪੁਲਿਸ ਆ ਸੰਗਰੂਰ ਪੁਲਿਸ, ਮੇਰੀ ਕਿੰਨੀ ਮਦਦ ਕੀਤੀ ਆ, ਤੁਸੀਂ ਹੋਰ ਪਾਸੇ ਨੂੰ ਕੋਈ ਚੱਲਦੇ ਆ। 6 ਪਰਚੇ ਦਰਜ ਕੀਤੇ ਜੀ ਇਹਨਾਂ ਨੇ। ਕਿਸ ਚੀਜ਼ ਦੇ? ਕੋਈ ਦਾਰੂ ਦਾ ਕਰਤਾ ਜੀ, ਕੋਈ ਪਤਾ ਨਹੀਂ ਚਿੱਟਾ ਖਾਣੀ ਸਮੈਕ ਇੱਦਾਂ ਦੇ ਕੁਛ, MLA ਵਿੱਚ ਪਏ ਆ, ਮੰਤਰੀ ਵਿੱਚ ਪਿਆ। ਇੱਥੇ ਦੇ ਮੰਤਰੀ? ਹਾਂਜੀ, ਆਪਣੇ ਪੰਜਾਬ ਦੇ। ਤੁਹਾਨੂੰ ਪੈਸੇ ਦੀ ਆਫਰ ਦਿੱਤੀ ਗਈ? ਹਾਂਜੀ, 2 ਕਰੋੜ ਰੁਪਈਆ ਉਹ ਕਹਿੰਦੇ, 14 ਕਿੱਲੇ ਪੈਲੀ ਦੇ ਸੀਨੀਅਰ ਵਾਲੇ ਪਿੰਡ ਦਵਾ ਦੇਣ। ਕਿੱਥੇ ਮੈਂ ਜੱਸੀ ਦੀ ਲੜਾਈ ਲੜਨ ਲੱਗ ਗਿਆ, ਮੈਂ ਤਾਂ ਆਪ ਬਰਬਾਦ ਹੋ ਗਿਆ। ਜੱਸੀ ਮਰ ਗਈ, ਮੇਰੇ 'ਚ ਕੀ ਰਹਿ ਗਿਆ ਜੀ? ਇੱਕ ਜਿਉਂਦੀ ਲਾਸ਼ ਤੁਰਿਆ ਫਿਰਦਾ, ਕਰ ਲੈਣ ਜੋ ਕੁਛ ਕਰਦੇ। ਤੁਸੀਂ ਵਿਆਹ ਕਰਾਇਆ ਦੁਬਾਰਾ? ਨੋ ਨੋ ਜੀ, ਕਰਾਉਣਾ ਵੀ ਨਹੀਂ। ਨੋ ਜੀ, ਤੁਹਾਡੀ ਅਧੂਰੀ ਪ੍ਰੇਮ ਕਹਾਣੀ ਹੈ ਜਾਂ ਪੂਰੀ ਪ੍ਰੇਮ ਕਹਾਣੀ ਹੈ? ਮੇਰਾ ਤਾਂ ਰੂਹਾਂ ਦਾ ਪਿਆਰ ਜੀ, ਮੇਰੇ ਹਾਂ ਅਗਲੇ ਜਨਮ ਵੀ ਮਿਲੂਗੀ ਪੱਕਾ, ਇੱਦਾਂ ਹੋ ਹੀ ਨਹੀਂ ਸਕਦਾ ਜੀ। ਜਿੱਥੇ ਤੁਸੀਂ ਰਹਿੰਦੇ ਹੋ ਉਹ ਪੁਲਿਸ ਤੁਹਾਡੇ ਖਿਲਾਫ ਕਾਰਵਾਈ ਕਰਦੀ ਸੀ? ਜਿੱਥੇ ਤੁਹਾਡੇ ਨਨਿਹਾਲ ਸੀਗੇ, ਜਿੱਥੇ ਨਾਨਕਾ ਸੀਗਾ, ਜਿੱਥੇ ਮਰਡਰ ਹੋਇਆ ਸੀ ਜੱਸੀ ਦਾ ਤੇ ਤੁਹਾਡੇ ਤੇ ਅਟੈਕ ਹੋਇਆ, ਉਹ ਪੁਲਿਸ ਤੁਹਾਡੀ ਮਦਦ ਕਰਦੀ ਸੀ? ਬਿਲਕੁਲ ਜੀ, ਬਿਲਕੁਲ। ਇਹ ਸੀਨੀਅਰ ਅਫਸਰ ਇਨਵੋਲਵ ਸੀਗੇ ਜਾਂ ਜੂਨੀਅਰ? ਨਹੀਂ, ਜੂਨੀਅਰ।
ਜੂਨੀਅਰ ਸਾਰੇ ਵੀ ਨਹੀਂ ਸੀ ਕੁਛ ਕੁਛ ਅਫਸਰ ਤੁਸੀਂ ਸੀਨੀਅਰ ਅਫਸਰਾਂ ਕੋਲ ਕਿਉਂ ਨਹੀਂ ਗਏ ਵੀ ਇਹ ਜਾਤੀ ਕਰਦੇ ਆ ਕੈਨੇਡਾ ਵਾਲਿਆਂ ਨਾਲ ਮਿਲ ਕੇ ਉਦੋਂ ਦਾ ਫੜ ਕੇ ਮੈਨੂੰ ਫੜ ਲਿਆ ਪਰਚਾ ਦੇਦਾ ਪੇਸ਼ ਕਰਾ ਜੇਲ੍ਹ ਭੇਜ ਦਿੱਤਾ ਜੀ ਕਿਹੜੇ ਟਾਈਮ ਮਿਲਦਾ ਉਹਨਾਂ ਨੂੰ ਕਿੰਨੇ ਕੇਸ ਟੋਟਲ ਦਰਜ ਕੀਤੇ ਤੁਹਾਡੇ 6 ਪਰਚੇ ਦਰਜ ਹੋਏ ਜੀ ਹੁਣ ਤੱਕ ਬਾਕੀ ਹੁਣ 3 ਕੇਸ ਚੱਲਦੇ ਆ ਬਾਕੀ 3-4 ਕੇਸ ਪਈ ਹੋਈ ਉਹ ਇੱਕ ਜੀ ਚੱਲਦਾ ਪਿਆ ਇੱਕਦਮ ਥੱਲਿਓਂ ਬਰੀ ਹੋ ਗਿਆ ਸੀ ਇਹਨਾਂ ਨੇ ਉੱਪਰ ਪਾਤਾ ਸੈਸ਼ਨ ਕੋਰਟ ਦੇ ਵਿੱਚ ਉਹ ਜਿਹੜਾ ਡਕੈਤੀ ਵਾਲਾ ਪਾਇਆ ਸੀ ਉਹ ਕੇਸ ਬਰੀ ਹੋ ਚੁੱਕਿਆ ਇੱਕ ਤਾਂ ਉਹ ਆ ਇੱਕ ਉਦੋਂ ਬਾਅਦ 'ਚ ਚਿੱਟਾ ਖਨੀ ਸਮੈਕ ਕੁਛ ਇੱਦਾਂ ਦਾ ਪਾਇਆ ਇੱਕ ਦਾਰੂ ਦਾ ਪਤਾ ਜੀ ਕਸਟਡੀ 'ਚ ਲੈ ਕੇ ਕੀ ਗੱਲ ਕਹਿੰਦੇ ਸਰ ਜੀ ਇਹੀ ਕਹਿੰਦੇ ਆ ਮਿੱਠੂ ਯਾਰ ਉਹਨਾਂ ਨੇ ਕੰਮ ਪ੍ਰੋ ਕਰ ਲਾ ਤੈਨੂੰ 4 ਪੈਸੇ ਦਵਾ ਦੇਣੇ ਆਪਦੀ ਵਧੀਆ ਜ਼ਿੰਦਗੀ ਬਤੀਤ ਕਰੀ ਤੂੰ ਕੀ ਲੈਣਾ ਕੇਸਾਂ 'ਚੋਂ ਕਢਾ ਕੇ ਪਰਾਂ ਕਰ ਯਾਰ ਉਹਨਾਂ ਨੂੰ ਨਾਲੇ ਅਸੀਂ ਖਰਾਬ ਹੁੰਦੇ ਹਾਂ ਤੇਰੇ ਨਾਲ ਸਾਡਾ ਤਿਉਹ ਮੁਹੱਬਤ ਹੈਗੀ ਆ ਸਾਨੂੰ ਪਰਚਾ ਦੇਣਾ ਪੈਣਾ ਮਜ਼ਬੂਰੀ ਆ ਯਾਰ ਤਾਂ ਅਫਸਰਾਂ ਦਾ ਜ਼ੋਰ ਆ ਕਹਿੰਦੇ ਮੈਨੂੰ ਇੱਦਾਂ ਹੀ ਆ ਉੱਪਰਲੇ ਅਫਸਰਾਂ ਦਾ ਦਰਦ ਦਿੱਤਾ ਉਦੋਂ ਪਰ ਉੱਪਰ ਅਫਸਰ ਬਿਲਕੁਲ ਨਹੀਂ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਜਗਰਾਉਂ ਜਿਹੜੇ ਹੁਣ ਵੀ ਲੱਗੇ ਆ ਪਹਿਲਾਂ ਵੀ ਲੱਗਿਆ ਹੁਣ ਵਾਲੇ ਅਫਸਰ ਵੀ ਬਹੁਤ ਵਧੀਆ ਐਸਐਸਪੀ ਸਾਹਿਬ ਤੇ ਉਹਨਾਂ ਦੀ ਪੁਲਿਸ ਫਿਰ ਉਹਨਾਂ ਦੀ ਸੁਣਦੀ ਨਹੀਂ ਇਹ ਕਿਦਾਂ ਦੇ ਵਧੀਆ ਅਫਸਰ ਹੋਏ ਕਿ ਉਹਨਾਂ ਦਾ ਥਾਣੇਦਾਰ ਪਰਚਾ ਦੇਈ ਜਾਂਦਾ ਔਰ ਐਸਐਸਪੀ ਹੁਣ ਇਹ ਹੁਣ ਆਇਆ ਨਾ ਐਸਐਸਪੀ ਸਾਹਿਬ ਹੁਣ ਆਇਆ ਇਹਨਾਂ ਨੂੰ ਜਾ ਕੇ ਪਹਿਲੇ ਵਾਲੇ ਜਿਹੜੇ ਸੀ ਉਹਨਾਂ ਨੂੰ ਨਹੀਂ ਮਿਲੇ ਕਦੀ ਤੁਸੀਂ ਵੀ ਚੌਕੀ ਥਾਣੇ ਨਾ ਉਦੋਂ ਪਹਿਲਾਂ ਜਿਹੜੇ ਐਸਐਸਪੀ ਸਾਹਿਬ ਸੀਗੇ ਜਦੋਂ ਮੈਨੂੰ ਨਾ ਮੈਂ ਇੱਥੇ ਕਮਿਸ਼ਨ ਬੈਠਾ ਕੈਪਟਨ ਸਰਕਾਰ ਨੇ ਕਮਿਸ਼ਨ ਬਿਠਾਇਆ ਇਨਕੁਆਰੀ ਅਫਸਰ ਮੈਂ ਆਪਾਂ ਉਹਦੇ ਇਨਕੁਆਰੀਆਂ ਲਾਈਆਂ ਕੇਸਾਂ ਦੀਆਂ ਸਾਰੀਆਂ ਇਹਨਾਂ ਨੇ ਮੈਨੂੰ ਮਹਿਤਾਬ ਸਿੰਘ ਗਿੱਲ ਕਮਿਸ਼ਨ ਹਾਂਜੀ ਉਹਨਾਂ ਨੇ ਮੈਨੂੰ ਕਲੀਨ ਚੱਟ ਦਿੱਤੀ ਸਾਰੇ ਕੇਸਾਂ 'ਚੋਂ ਉਹਨਾਂ ਨੇ ਵਿੱਚ ਇੱਕ ਲੈਂਜ ਪਾਈ ਮਹਿਤਾਬ ਗਿੱਲ ਜੀ ਨੇ ਵੀ ਜਿਹੜੇ ਮਿੱਠੂ ਦੇ ਕੇਸ ਚੱਲਦੇ ਆ ਵੀ ਗਲਤ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਔਰ ਜਿਹੜੇ ਆਈਓ ਨੇ ਮਿੱਠੂ 'ਤੇ ਪਰਚਾ ਦਿੱਤਾ ਆਈਓ ਨੇ ਉਹਨਾਂ ਨੂੰ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਔਰ ਮਿੱਠੂ ਨੂੰ ਮੁਆਵਜ਼ਾ ਦਵਾਇਆ ਜਾਵੇ ਉਹ ਹੋਈ ਫਿਰ ਕਾਰਵਾਈ ਹੈ ਨਹੀਂ ਮੈਂ ਕੈਪਟਨ ਸਰਕਾਰ ਨੂੰ ਬੇਨਤੀ ਇਹੀ ਕਰਦਾ ਹੱਥ ਬੰਨ ਕੇ ਜੇ ਕਮਿਸ਼ਨ ਬਣਾਇਆ ਉਹਦੇ ਥੱਲੇ ਵੀ ਪੈਰਵਾਈ ਹੋਣੀ ਚਾਹੀਦੀ ਨੀਚੇ ਤੁਸੀਂ ਕਦੀ ਜਾ ਕੇ ਕੈਪਟਨ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਕੇ ਚੀਫ ਮਿਨਿਸਟਰ ਦੇਖੋ ਜੀ ਕੈਪਟਨ ਸਾਹਿਬ ਨੂੰ ਕੌਣ ਮਿਲਣ ਦਿੰਦਾ ਕਿਉਂ ਕਿਉਂਕਿ ਜਿੱਥੇ ਹੁਣ ਜਾਣਾ ਚੰਡੀਗੜ੍ਹ ਗਿਆ ਇੱਕ ਦੋ ਵਾਰੀ ਉਹ ਉੱਥੇ ਨਹੀਂ ਸੀਗੇ ਜੀ ਕੁਛ ਨਹੀਂ ਹੋਇਆ ਨਾ ਜੀ ਹੁਣ ਮੇਰੇ ਕੋਲ ਇੰਨੀ ਵੀ ਪਹੁੰਚ ਹੈ ਨਹੀਂ ਵੀ ਮੈਂ ਇੱਧਰ ਨੂੰ ਚਲੇ ਜਾਵਾਂ ਇੱਧਰ ਨੂੰ ਚਲੇ ਜਾਵਾਂ ਖਰਚਾ ਮੇਰਾ ਬਹੁਤ ਜ਼ਿਆਦਾ ਕੇਸਾਂ 'ਤੇ ਆਪਦੇ ਕੇਸਾਂ 'ਤੇ ਬਹੁਤ ਜ਼ਿਆਦਾ ਹੋ ਗਿਆ ਜੀ ਤੁਹਾਡੇ ਮਨ 'ਚ ਕਦੀ ਆਈ ਨਹੀਂ ਇਹ ਗੱਲ ਕਿ ਕਿੱਥੇ ਮੈਂ ਜੱਸੀ ਦੀ ਲੜਾਈ ਲੜਨ ਲੱਗ ਗਿਆ ਮੈਂ ਤਾਂ ਆਪ ਬਰਬਾਦ ਹੋ ਗਿਆ ਨਾ ਜੀ ਨਾ ਨਾ ਆਪਾਂ ਬਰਬਾਦ ਤਾਂ ਕੀ ਜੀ ਮੈਂ ਤਾਂ ਮਾਰ ਉਸੇ ਟਾਈਮ ਗਈ ਜਦੋਂ ਜੱਸੀ ਨਾ ਮੇਰਾ ਹੀ ਚਾਂਸ ਹੋਇਆ ਜੱਸੀ ਮਰ ਗਈ ਮੇਰੇ 'ਚ ਕੀ ਰਹਿ ਗਈ ਇੱਕ ਜਿਉਂਦੀ ਲਾਸ਼ ਤੁਰਿਆ ਫਿਰਦਾ ਕਰ ਲੈਣ ਜੋ ਕੁਛ ਕਰਦੇ ਆ ਕੀ ਕਰ ਲਾਂਗੇ ਕੁਛ ਨਹੀਂ ਹੋਣ ਲੱਗਿਆ ਵਾਹਿਗੁਰੂ ਨਾਲ ਚਾਹੀ ਸੱਚ ਦਾ ਤਾਂ ਹਮੇਸ਼ਾ ਜਿੱਤੀ ਹੋਣੀ ਸਰ ਜੀ ਕਦੋਂ ਵੀ ਹੋਈ ਤੁਹਾਡੇ ਸਾਹਮਣੇ ਹੋਈ ਆ ਅੱਗੇ ਵੀ ਹੋਈ ਆ ਅੱਗੇ ਵੀ ਹੁੰਦੀ ਰਹਿਣੀ ਹੈ ਜੱਸੀ ਦੇ ਮੰਮੀ ਔਰ ਮਾਮਾ ਨੂੰ ਇੱਥੇ ਲਿਆਈ ਪੁਲਿਸ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ 18 ਸਾਲ ਦੀ ਮੇਰੀ ਲੜਾਈ ਜਿਹੜੀ ਹੈ ਉਹ ਕਾਨੂੰਨ 'ਚ ਹੁਣ ਸਹੀ ਜਗ੍ਹਾ ਪਹੁੰਚ ਗਈ ਹੈ ਬਿਲਕੁਲ ਜੀ ਪਹਿਲਾਂ ਕਾਬਲ ਅਫਸਰ ਮਿਲੇ ਆ ਅਤੇ ਕੋਈ ਹੋਰ ਹੁਣ ਜਦੋਂ ਉਹਨਾਂ ਨੂੰ ਇੰਡੀਆ ਲੈ ਆਉਂਦਾ ਹੈ ਉਸ ਤੋਂ ਬਾਅਦ ਕੋਈ ਪ੍ਰੈਸ਼ਰ ਪਿਆ ਹੋਵੇ ਤੁਹਾਡੇ 'ਤੇ ਦੇਖੋ ਜੀ ਮੈਨੂੰ ਇਹ ਲਾਲਚ ਦਿੰਦੇ ਰਹੇ ਆ ਕੁਛ ਬੰਦੇ ਹੁਣ ਕਈ ਬੰਦੇ ਮੂਹਰੇ ਆਉਣ ਤੋਂ ਜੱਕਦੇ ਆ ਥੋੜ੍ਹੇ ਜਿਹੇ ਹੈਗੇ ਆ ਕੁਛ ਉਹ ਉਹਨਾਂ ਨੂੰ ਇਹ ਕਹਿੰਦੇ ਮਿੱਠੂ ਨੂੰ 2 ਕਰੋੜ ਰੁਪਈਏ ਦੀ ਔਫਰ ਹੁਣ ਕੀਤੀ ਇਹਨਾਂ ਨੇ ਉਹਨਾਂ ਨੇ ਗਾਂਧੀ ਗਾਂ ਪਹੁੰਚ ਕੀਤੀ ਐੱਮ ਐੱਲ ਏ ਵਿੱਚ ਪਏ ਆ ਮੰਤਰੀ ਵਿੱਚ ਪਏ ਆ ਕੁਛ ਪੁਲਿਸ ਦੇ ਅਫਸਰ ਵੀ ਵਿੱਚ ਪਏ ਇੱਥੇ ਦੇ ਮੰਤਰੀ ਹਾਂਜੀ ਆਪਣੇ ਪੰਜਾਬ ਦੇ ਡਾਇਰੈਕਟ ਤੁਹਾਡੇ ਨਾਲ ਗੱਲ ਕੀਤੀ ਉਹਨਾਂ ਹਾਂਜੀ ਕਿਹੜਾ ਮੰਤਰੀ ਸੀ ਨਹੀਂ ਜੀ ਸੋਰੀ ਫਿਰ ਮੇਰੀ ਬਹੁਤ ਜ਼ਿਆਦਾ ਪ੍ਰੋਬਲਮ ਖੜੀ ਹੋ ਜੂਗੀ ਮੈਂ ਤਾਂ ਅੱਗੇ ਨਹੀਂ ਠੀਕ ਆ ਐੱਮ ਐੱਲ ਏ ਹਾਂਜੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਇੱਦਾਂ ਐੱਮ ਐੱਲ ਏ ਦਾ ਨਾਮ ਹੀ ਨਹੀਂ ਦੱਸਣਾ ਨੋ ਉਹਨਾਂ ਨੇ ਮੈਨੂੰ ਇੱਦਾਂ ਮੈਂ ਤੁਹਾਨੂੰ ਸੱਚ ਕਹਿੰਦਾ ਜੀ ਇਹ ਸੱਚ ਆ ਮੈਨੂੰ ਇੱਦਾਂ ਨਹੀਂ ਕਿਹਾ ਮਿੱਠੂ ਕਰ ਲਾ ਯਾਰ ਵੀ ਧੱਕਾ ਨਹੀਂ ਕੀਤਾ ਉੱਦਾਂ ਕਹਿੰਦੇ ਯਾਰ ਵੀ ਸਾਡੇ ਕੋਲ ਉਹ ਪਹੁੰਚੇ ਜੀ ਮਿੱਠੂ ਤੂੰ ਤੇਰਾ ਮਨ ਹੈਗਾ ਇੱਦਾਂ ਜ਼ਰੂਰ ਕਹਿੰਦੇ ਜੀ ਮੈਂ ਕਹਿੰਦਾ ਸਰ ਜੀ ਨਹੀਂ ਕਹਿੰਦੇ ਚਲੋ ਠੀਕ ਹੁਣ ਦੀ ਸਰਕਾਰ ਦੀ ਮੰਤਰੀ ਹੈ ਪੁਰਾਣੀ ਦੇ ਪੁਰਾਣੀ ਦੇ ਵੀ ਹੁਣ ਦੀ ਵੀ ਪੁਰਾਣੀ ਦੇ ਵੀ ਤੁਹਾਨੂੰ ਪੈਸੇ ਦੀ ਆਫਰ ਦਿੱਤੀ ਗਈ ਹਾਂਜੀ 2 ਕਰੋੜ ਰੁਪਈਆ ਉਹ ਕਹਿੰਦੇ ਅਤੇ 14 ਕਿੱਲੇ ਪੈਲੀ ਦੇ ਸੀਨੀਅਰ ਪਿੰਡ ਦਵਾ ਦਿੰਦੇ ਇਹ ਇੰਨੇ ਹੀ ਆਫਰ ਇਹਨਾਂ ਨੇ ਮੇਰੇ ਲਈ ਕੀਤੀ ਆ ਮੈਨੂੰ ਦਿੰਦੇ ਪਏ ਸੀਗੇ ਹੁਣ ਇਹ ਜੇਲ੍ਹ 'ਚ ਆ ਗਏ ਜੇਲ੍ਹ ਮੈਂ ਵੀ ਕੱਟੀ ਆ ਇਹਨਾਂ ਨੇ ਮੈਨੂੰ ਜੇਲ੍ਹਾਂ ਦਿਖਾਈਆਂ ਜੀ ਉੱਥੇ ਕ੍ਰਿਮੀਨਲ ਤੋਂ ਕ੍ਰਿਮੀਨਲ ਬੰਦਾ ਬੈਠਾ ਅੱਜ ਹੁਣ ਤਾਂ ਇਹਨਾਂ ਦਾ ਮੈਨੂੰ ਡਰ ਹੀ ਬਹੁਤ ਵੱਧ ਗਿਆ ਜੀ ਮਿੱਠੂ ਇਹ ਲੜਾਈ ਜਾਰੀ ਰਹੂਗੀ ਅੱਗੇ ਵੀ ਬਿਲਕੁਲ ਜਾਰੀ ਰਹੂਗੀ ਜੀ ਕੁੜੀ ਦੀ ਮਾਂ ਔਰ ਕੁੜੀ ਦਾ ਮਾਮਾ ਸਾਰਾ ਸਾਰੀ ਸਾਜਿਸ਼ ਰਚਣ ਵਾਲੇ ਹੈ ਭਰਾ ਔਰ ਫਾਦਰ ਦਾ ਕੋਈ ਰੋਲ ਨਹੀਂ ਨੋ ਨੋ ਜੀ ਉਹ ਤਾਂ ਬਹੁਤ ਨਾਈਸ ਬਹੁਤ ਚੰਗੇ ਸੀ ਹੁਣ ਵੀ ਚੰਗੇ ਆ ਬ੍ਰਦਰ ਇਹਦਾ ਬਹੁਤ ਚੰਗਾ ਜੱਸੀ ਨੂੰ ਉਹਨੇ ਮੇਰੇ ਕੋਲ ਭੇਜਿਆ ਸੀ ਅਤੇ ਇਹਦੇ ਫਾਦਰ ਨੇ ਫਾਦਰ ਉਦੋਂ ਜਿਉਂਦਾ ਸੀਗਾ ਇਹਦਾ ਜੱਸੀ ਦਾ ਉਹ ਕਹਿੰਦੇ ਪੁੱਤ ਬੇਟਾ ਤੂੰ ਮਿੱਠੂ ਕੋਲ ਜਾਵੜ ਜਾ ਉਹਨੂੰ ਇੱਥੇ ਬੁਲਾ ਲਾ ਮਿੱਠੂ ਕਿਹਾ ਕੋਈ ਸਟੇਜ ਇਹ ਆ ਸਕਦੀ ਹੈ ਕਿ ਮਿੱਠੂ ਇਸ ਲੜਾਈ ਨੂੰ ਵਿੱਚ ਛੱਡ ਦੇਗਾ ਜਾਂ ਨਹੀਂ ਨੋ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਕਦੇ ਇੰਨੇ ਇੰਨੇ ਪ੍ਰੋਬਲਮਾਂ ਖੜੀਆਂ ਹੋਈਆਂ ਮੇਰੇ ਪਰਚੇ ਕਰਾਇਆ ਧਮਕੀਆਂ ਦਿੱਤੀਆਂ ਇਲਾਜ ਹੁਣ ਤੁਹਾਡੇ ਮਨ 'ਚ ਡਰ ਵੀ ਹੈ ਡਰ ਮੈਨੂੰ ਇਹ ਆ ਵੀ ਮੇਰੇ ਪਰਿਵਾਰ ਨੂੰ ਔਰ ਮੇਰੇ ਫਰੈਂਡ ਆ ਜਾਂ ਰਿਸ਼ਤੇਦਾਰ ਉਹਨਾਂ ਨੂੰ ਵੀ ਨੁਕਸਾਨ ਨਾ ਪਹੁੰਚਾ ਦੇ ਤੁਸੀਂ ਵਿਆਹ ਕਰਾਇਆ ਦੁਬਾਰਾ ਨੋ ਨੋ ਜੀ ਕਰਾਉਣਾ ਵੀ ਨਹੀਂ ਨੋ ਜੀ ਦੇਖੋ ਜੀ ਇਹ ਚੀਜ਼ ਲੜਦੇ ਨੂੰ ਕਿੰਨਾ ਟਾਈਮ ਹੋ ਗਿਆ
बॉम्बे तो भी हिंदी पिक्चर वाले भी पंजाबी वाले भी तेरी दी स्टोरी ते मूवी बनानी सी पर पहला मैं नहीं ध्यान दिता इन गलों हूँ कुछ जो फ्रेंडा दलों सुनना आप दिन भी यार लोगों को कुछ पता लगे माड़ा मोटा गांह तो अपने पंजाब अत्याचार रुक जाए कुछ इदा का ना कुछ हो समझ आए कुछ भी तू बना ला स्टोरी दे दे आपकी कि कोई लोगों को सीखे ही मिलू फिल्म तो भी कुछ सीखन की कुछ वधिया ही पाउणगे फिल्म उन्होंने सुन के जो मैं फिल्म वाले गल की इन्होंने ये मेरे को गए चलो मैं मैं चंगा लग्या जी मैं चलो ठीक है जी कदों तक आ जाएगी पर्दे ते फिल्म ये 5-6-7 महीने लग जाएंगे जी तुसी कोई शर्त रखी कि जस्सी दा रोल करने वाली इस तरह की होवे या जस्सी किस तरह बिहेव करती सी वो सब गल्लां दसियां तुसी देखो जी वो तो मैं दसियां जरूर पर हुण जस्सी की कॉपी करना तो बहुत मुश्किल है जी तुसी इहनूं की मनदे हो मिठू ये एक तुहाडी अधूरी प्रेम कहानी है या पूरी प्रेम कहानी है तुहाडी पूरी भी होई पर फिर अधूरी होगी तुसी अपनी नज़र च इस पूरी अपने लव स्टोरी नूं किवें देखदे हो देखो जी लव स्टोरी नूं बहुत वधिया ढंग नाल बहुत वधिया देखदा मैं पर मैं चाहुंदा मेरा तां रूहां दा प्यार जी उहनूं मेरे अगले जन्म भी मिलेगी पक्का इदां हो ही नहीं सकदा जी प्यार सच्चा कीता जी इदां नहीं भी किसे दे मगर लग गई देख ली आह कर लिया बिल्कुल नवाया जस्सी ने भी तुसीं मनदे हो पूरा नवाया जी जान देगी इदों वध की हो सकदा मिठू की लड़ाई जारी है इंसाफ जस्सी नूं दवाना है साड़ी मिठू नाल गल तां मुक गई है लेकिन जिन्हां लोकां ने जस्सी की जान ली उन्हां दी कानून नाल गल हले मुकनी बाकी है सही कहिंदे हैं शायद जस्सी ते मिठू कट्ठे हुंदे तां इन्हां दे दिल अज एक दूजे लई इन्नी लंबी लड़ाई लई बेताब ना हुंदे जस्सी छड़ गई इस करके मिठू अज भी इंसाफ की लड़ाई ते कायम है चाहे कोर्ट कचहरियां च धक्के खांदा है लेकिन उन्हूं इस गल की खुशी है कि कैनेडा तो जिन्हां जस्सी दे मामे और मम्मी नूं ओह पहुँचाना चाहुंदा सी सलाखां दे पिछे ओह कानून दे राहीं करन च सफल होया है सही कहिंदे हैं सच परेशान हो सकदा है हारदा नहीं मिठू परेशान जरूर है लेकिन हारन वाला नहीं मुकदी गल चीज़ इन्ना ही तुसी मेरे इस पूरे इंटरव्यू ते मिठू की कहानी ते अपना फीडबैक मेरे ट्विटर हैंडल ते दे सकते हो।